एक कहानी पिंड खाकर दे दो दोस्त इकबाल सिंह ते कुलवंत सिंह दी है। इना दोना मित्रां दा रहन सहन किरत विहार वक वक होण दे बावजूद भी दुख ते सुख सांझा है। आपसी प्यार ते मिलवर्तन भी इस कदर तक है कि बहुते इलाका निवासी तां इना नू सके भरा ही समझदे हन। कॉलेज दी पढ़ाई तक दा समां इना पिंड दे साफ सुथरे वातावरण च धर्म ते सभ्याचार नाल जुड़े रह के इकट्ठियां गुजारिया। पर पढ़ाई उपरांत कुलवंत सिंह फौज विच नौकरी लगन कारण ज्यादातर घर तो बाहर ही रहा ते पैड़ी संगत ते अपनियां ही कमजोरियां कारण नशियां दी पैड़ी लत विच सिक्खी दी वडमुली दात के सानू संभालन तो असमर्थ रह गया। पर दूजे पासे इकबाल सिंह दसां नौहां दी किरत विहार करदा होया भी गुरु घर नाल जुड़िया रहा। रोजाना गुरबाणी ते संगत दा नशा उस लई साहां तो भी वध जरूरी सी। उसने गुरबाणी नूं केवल पढ़न सुनन ते कंठ करन तक ही सीमित नहीं रखिया, ना ही गिणती मिणती दे चक्करां विच फस के अपने आप नूं धोखा दिंदा रहा, सगों गुरबाणी नूं जीवन जाच बनाया ते आप जपो अवरे नाम जपावो दे पावन गुरु हुक्मां अनुसार आप जीवन जीउंदा ते होरनां नूं उसदे चलण दी प्रेरणा करदा। उसदे इस गुण कारण जिथे पिंड दे मोतबर उसदा सत्कार करदे उथे अजिहे सज्जन भी हन जो इसदा सामना करन तो भी कन्नी कतराउंदे कि किधरे कोई चंगी गल ही ना सुनन नूं मिल जावे जिसनूं मनणा उहनां लई नामुमकिन जिहा है। आओ चल के वेखीए कि इन्हां दोनां वक वक करानियां दी सोच जीवन जीवन दा अंदाज अते इसदा अंजाम। ओ वेखो इकबाल सिंह इधर ही तुरिया आंदा। सुट दे अमलिया जरदा। ओ इकबाल सिंह किधर गवाची गांग उतरिया जाना, पूरा साडे कोल भी बह जा कर, दो मिठियां खट्टियां कर लिया कर। असी केड़ा तैनू दंदियां वड़दे आ, अही केड़ा कच्चा धुआं मारदे आ, जिहड़ा परा परा ओ लंघदा ਵੱਡਾ ਬਣਿਆ ਫਿਰਦਾ ਗਿਆਨੀ। ਉਹ ਬਾਈ ਜੀ ਇੱਦਾਂ ਨਹੀਂ ਕਹੀਦਾ, ਮੈਂ ਕਦੀ ਕਿਹਾ ਕਿ ਮੈਂ ਕੋਈ ਵੱਡਾ ਜਾਂ ਉੱਚਾ ਹਾਂ? ਜਦ ਸਾਰੇ ਇਨਸਾਨ ਹੀ ਉਸ ਅਕਾਲ ਪੁਰਖ ਨੇ ਬਣਾਏ ਨੇ, ਫਿਰ ਕਿਸੇ ਨਾਲ ਨਫ਼ਰਤ ਕਾਹਦੀ? ਗੁਰਬਾਣੀ ਕਹਿੰਦੀ ਆ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਐ ਲਓ ਹੋ ਗਿਆ ਸ਼ੁਰੂ, ਇੱਕ ਵਾਰੀ ਸ਼ੁਰੂ ਹੋ ਜਾਏ ਤਾਂ ਰੁਕਣ ਦਾ ਨਾਂ ਹੀ ਨਹੀਂ ਲੈਂਦਾ। ਉਹ ਸੱਜਣੋ ਉਹ ਤਾਸ਼ ਨੂੰ ਦੇਖ ਦੇਖ ਕੇ ਅੱਖਾਂ ਅੰਧੀਆਂ ਕਰੀ ਜਾਉਂਗੇ ਕਿ ਕਦੀ ਘਰ ਗ੍ਰਸਤੀ ਤੇ ਬੱਚਿਆਂ ਦਾ ਵੀ ਫਿਕਰ ਕਰੋਂਗੇ? ਉਹ ਕਵਾਲਿਆ, ਘਰ ਦੀਆਂ ਇੱਟਾਂ ਕਿਹੜਾ ਕੋਈ ਪੱਟ ਕੇ ਲੈ ਚੱਲਿਆ, ਜਿਹੜਾ ਉਹਨਾਂ ਦਾ ਧਿਆਨ ਰੱਖੀਏ। ਉਹ ਸਾਡੇ ਘਰ ਕਿਹੜਾ, ਹੀਰੇ ਮੋਤੀ ਪਏ ਆ, ਰੋਟੀ ਤਾਂ ਮਸਾ ਬਣਦੀ ਆ ਦੋ ਡੰਗ ਦੀ। ਹਾਂ ਧਿਆਨ ਰੱਖਿਆ ਕਰ ਬਾਈ, ਤੜਕੇ ਤੜਕੇ ਘਰੋਂ ਨਾ ਨਾ ਨਿਕਲੀਏ, ਤੇ ਘਰ ਦੇ ਵੀ ਐਂ ਵਹਿੰਦੇ ਜਿਵੇਂ ਚੋਰ ਹੋਈਏ। ਘਰ 'ਚ ਬੰਨੇ ਡੰਗਰਾਂ ਨੂੰ ਵੀ ਸਾਂਝੜੇ ਪੱਠੇ ਪੈ ਜਾਂਦੇ ਆ, ਉਹ ਸਾਨੂੰ ਤਾਂ ਚਾਹ ਵੀ ਮੰਗ ਕੇ ਪੀਣੀ ਪੈਂਦੀ ਆ। ਜੇ ਘਰ ਦਾ ਕੋਈ ਸਵਾਰੋਗੇ ਜਾਂ ਕੰਮ ਕਾਜ ਕਰੋਗੇ ਤਾਂ ਹੀ ਘਰ ਦੇ ਇੱਜ਼ਤ ਮਾਨ ਦੇਣਗੇ, ਐਵੇਂ ਤੁਹਾਨੂੰ ਥੋੜ੍ਹੀ ਅੱਖਾਂ ਕੱਢਣਗੇ। ਨਕਾਰਾ ਉਹ ਨਕਾਰਾ ਤੁਸੀਂ, ਤਾਂ ਹੀ ਤੇ ਤੁਹਾਨੂੰ ਘਰ ਵਾਲੇ ਔਖੇ ਹੋ ਕੇ ਦੇਖਦੇ ਨੇ। ਆਹੋ ਅਸੀਂ ਨਕਾਰੇ ਹਾਂ, ਤੂੰ ਜੰਮ ਪਿਆ ਵੱਡਾ ਕੰਮ ਵਾਲਾ। ਜਦੋਂ ਦੇਖੋ ਲੱਚਕਰ, ਤੈਨੂੰ ਤਾਂ ਆਹੀ ਕੰਮ ਰਹਿ ਗਿਆ, ਹੋਰ ਕਿਹੜਾ ਤੂੰ ਪਿੰਡ ਦਾ ਸਰਪੰਚ ਲੱਗਾ। ਗੱਲਾਂ ਕਰਦਾ ਹੈ ਵੱਡੀਆਂ, ਕਦੀ ਆਪਣੇ ਬਾਰੇ ਸੋਚਿਆ ਲੋਕੀ ਤੇਰੇ ਬਾਰੇ ਕੀ ਗੱਲਾਂ ਕਰਦੇ ਨੇ? ਇਕਬਾਲਿਆ ਜਦੋਂ ਘਰੋਂ ਨਿਕਲਦਾ ਜੇ ਬਦਾਮਾਂ ਦੀ ਭਰ ਲਿਆ ਘਰ, ਜਿੰਦੇ ਕੋਲੋਂ 10 ਮਿੰਟ ਲਾ ਲੇ ਮੁੱਠੀ ਬਦਾਮਾਂ ਦੀ ਦੇਤੀ। ਇਕਬਾਲਿਆ ਐਵੇਂ ਸਾਡਾ ਇੰਨਾ ਟਾਈਮ ਖਰਾਬ ਕੀਤਾ, ਇੰਨੇ ਨੂੰ ਤਾਂ ਅਸੀਂ ਇੱਕ ਬਾਜੀ ਲਾ ਲੈਣੀ ਸੀ। ਜਾ ਯਾਰ ਨੁਸਖਾਨ ਹੀ ਕਰ ਛੱਡਿਆ। ਉਹ ਚਲੋ ਯਾਰ, ਤੁਸੀਂ ਕਿਹੜਾ ਮੇਰੀ ਕੋਈ ਗੱਲ ਮੰਨਣੀ ਆ? ਮੈਂ ਤੁਹਾਡਾ ਹੋਰ ਨੁਕਸਾਨ ਨਹੀਂ ਕਰਦਾ, ਤੁਹਾਡਾ ਤਾਂ ਟਾਈਮ ਵੀ ਬਹੁਤ ਕੀਮਤੀ ਆ। ਚਲੋ ਚੰਗਾ ਚੱਲਦਾ ਫਿਰ ਮੈਂ। ਹਰੇ ਜਾਨ ਰਾਮ ਨਾਮ ਗੰਗਾਵੇ, ਜੇ ਕੋਈ ਆਪਣਾ
ਇਕਬਾਲ ਸਿੰਘ ਕਿੱਥੇ ਰਹਿ ਗਿਆ? ਸਾਨੂੰ ਘਰ ਬੁਲਾ ਕੇ ਆਪ ਪਤਾ ਨਹੀਂ ਕਿੱਥੇ ਸੈਰਾਂ ਕਰੀ ਜਾਂਦਾ ਹੈ। ਗੁਰਪੂਰਾ ਮੇਰਾ ਗੁਰਪੂਰਾ। ਓ ਲੈ ਆ ਗਿਆ। ਓ ਸ੍ਰੀ ਕਾਲ, ਹੋਰ ਵੀ ਕਲਵੰਸਿਆ ਔਰ ਮੇਰੇ ਵੀਰ, ਬਾਹਰ ਹੀ ਸੈਰਾਂ ਕਰੀ ਜਾਂਦਾ ਯਾਰ। ਗੁਰਦੁਆਰੇ ਗਿਆ ਸੀ ਤੇ ਤੇਰੀ ਭਰਜਾਈ ਕਹਿੰਦੀ ਪਨੀਰ ਫੜ ਲਿਆਇਓ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਹੋ? ਮੈਂ ਤਾਂ ਸੋਚਿਆ ਤੂੰ ਦੁੱਧ ਚੋ ਕੇ ਪਨੀਰ ਬਣਾਉਣ ਲੱਗ ਗਿਆ। ਪਨੀਰ ਦੀ ਤਾਂ ਤੂੰ ਐਵੇਂ ਖੇਚਲ ਕੀਤੀ, ਤੈਨੂੰ ਪਤਾ ਪਨੀਰ ਦਾ ਤਾਂ ਮੈਂ ਸ਼ੌਕੀਨ ਨਹੀਂ, ਅਸੀਂ ਤਾਂ ਟੰਗਾਂ ਖਾ ਕੇ ਖੁਸ਼ ਹੋਣ ਵਾਲੇ ਬੰਦੇ ਆ ਯਾਰ। ਉਹ ਅੰਕਲ ਜੀ, ਇੱਥੇ ਤੁਹਾਨੂੰ ਉਹ ਟੰਗਾਂ ਨਹੀਂ ਮਿਲਦੀਆਂ ਜਿਹੜੀਆਂ ਤੁਸੀਂ ਭਾਲਦੇ ਹੋ, ਉਹ ਇੱਥੇ ਤਾਂ ਬਾਹਰ ਸਾਡੀਆਂ ਮੱਝਾਂ ਬੰਨੀਆਂ ਪਈਆਂ ਨੇ, ਉਹਨਾਂ ਦੀਆਂ ਟੰਗਾਂ ਹੀ ਖਾ ਲਓ ਜਾ ਕੇ। ਆਹੋ, ਹੁਣ ਤੇਰਾ ਪਿਓ ਤੇ ਤੂੰ ਸਾਨੂੰ ਡੰਗਰਾਂ ਦੀਆਂ ਟੰਗਾਂ ਹੀ ਖਵਾਉਂਗੇ? ਹੋਰ ਤੇਰੇ ਪਿਓ ਤੋਂ ਉਮੀਦ ਹੀ ਕੀ ਕਰ ਸਕਦਾ ਮੈਂ? ਨਹੀਂ ਨਹੀਂ ਵੀਰ ਜੀ, ਜੇ ਤੁਹਾਡਾ ਕੁਛ ਹੋਰ ਖਾਣ ਦਾ ਮਨ ਹੈ ਤਾਂ ਅਸੀਂ ਬਾਹਰੋਂ ਮੰਗਵਾ ਲੈਂਦੇ ਹਾਂ। ਮੈਂ ਹੁਣੇ ਗੁਰਵੀਰ ਨੂੰ ਫੋਨ ਕਰ ਦਿੰਦੀ, ਉਹ ਬਾਜ਼ਾਰੋਂ ਆਉਂਦਾ ਹੋਇਆ ਕੁਛ ਲੈ ਆਏਗਾ। ਉਹ ਭੈਣੇ, ਜਿਹੜੀ ਚੀਜ਼ ਮੈਂ ਖਾਣੀ ਜਾਂ ਛਕਣੀ ਹੈ ਨਾ, ਉਹ ਸਾਨੂੰ ਇਕਬਾਲ ਸਿੰਘ ਨੇ ਨਹੀਂ ਖਵਾਉਣੀ। ਹਾਂ, ਇਹਦੀਆਂ ਝਿੜਕਾਂ ਖਾਣ ਨੂੰ ਜ਼ਰੂਰ ਮਿਲ ਜਾਣਗੀਆਂ। ਉਹ ਅੰਕਲ ਜੀ, ਮੈਂ ਤੁਹਾਨੂੰ ਜਲੇਬੀਆਂ ਲੈ ਕੇ ਦੇ ਦਿੰਦਾ, ਜਲੇਬੀਆਂ ਖਾਓ ਤੇ ਆਪਣਾ ਮੂੰਹ ਮਿਠਾਸ ਨਾਲ ਭਰੋ। ਉਹ ਕਾਕੇ, ਮੇਰੇ ਮੂੰਹ ਨੂੰ ਕਿਹੜਾ ਨਿੰਮ ਲੱਗੀ ਆ? ਬਾਕੀ ਤੂੰ ਲੈ ਆ, ਛਕ ਲਾਂਗੇ। ਮੈਂ ਤਾਂ ਵੈਸੇ ਹੀ ਸਿੱਧਾ ਸਾਦਾ ਜਲੇਬੀ ਵਰਗਾ ਬੰਦਾ। ਕੀ ਗੱਲ, ਰਾਜਦੀਪ ਨਹੀਂ ਆਇਆ? ਇਕਬਾਲ ਸਿਆ, ਤੈਨੂੰ ਤਾਂ ਪਤਾ ਹੈ ਜਦੋਂ ਬੱਚੇ ਜਵਾਨ ਹੋ ਜਾਂਦੇ ਆ ਉਹ ਕਿੱਥੇ ਨਾਲ ਤੁਰਦੇ ਆ ਯਾਰਾ। ਵੀਰ ਜੀ, ਉਹਨੂੰ ਕਿੱਥੇ ਟਾਈਮ ਮਿਲਦਾ? ਜੋ ਸਵੇਰ ਦਾ ਕਾਲਜ ਜਾਂਦਾ, ਰਾਤੀ ਰੋਟੀ ਲਈ ਮਸਾ ਘਰ ਪਹੁੰਚਦਾ। ਭੈਣ ਜੀ, ਜੇ ਜਵਾਨ ਬੱਚਾ ਇੱਕ ਵਾਰੀ ਭੈੜੀ ਸੰਗਤ ਚ ਕਹਿ ਜਾਣ ਤਾਂ ਉਸਨੂੰ ਸੁਧਾਰਨਾ ਔਖਾ ਹੀ ਹੁੰਦਾ। ਪਰ ਭੈਣ ਜੀ, ਸਾਡੇ ਘਰਾਂ ਦੇ ਬੱਚੇ ਤਾਂ ਬੜੇ ਸੰਸਕਾਰੀ ਨੇ, ਉਹਨਾਂ ਨੂੰ ਸਿਰਫ ਪੜ੍ਹਾਈ ਦਾ ਹੀ ਬੋਝ ਹੈ, ਕੋਈ ਮਾੜੀ ਸੰਗਤ ਨਹੀਂ ਹੈ। ਉਹ ਆ ਬਈ ਗੁਰਵੀਰ, ਕਿੱਧਰ ਸੈਰਾਂ ਕਰੀ ਜਾਣਾ? ਅਸੀਂ ਤੇਰੇ ਘਰ ਆਏ ਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕਾਦੀਆਂ ਸੈਰਾਂ ਅੰਕਲ ਜੀ? ਟਿਊਸ਼ਨ ਪੜ੍ਹਨ ਗਿਆ ਸੀ, ਪੜ੍ਹ ਕੇ ਸਿੱਧਾ ਘਰੇ ਹੀ ਆਇਆ। ਘਰੋਂ ਤਾਂ ਸਾਰੇ ਕਹਿੰਦੇ ਟਿਊਸ਼ਨ ਪੜ੍ਹਨ ਚੱਲਿਆ, ਮੇਰਾ ਪੁੱਤਰ ਵੀ ਰਾਤ ਦੇ 11 ਵਜੇ ਤੋਂ ਪਹਿਲਾਂ ਘਰੇ ਨਹੀਂ ਪੜਦਾ। ਘਰੋਂ ਤਾਂ ਇਹੀ ਕਹਿ ਕੇ ਜਾਂਦਾ ਵੀ ਟਿਊਸ਼ਨ ਪੜ੍ਹਨ ਚੱਲੇ ਆ, ਪਤਾ ਤਾਂ ਬਾਅਦ 'ਚ ਹੀ ਲੱਗਦਾ ਵੀ ਕਿੱਥੇ ਗਏ ਸੀ। ਹੈ ਅੰਕਲ, ਅੱਜ ਰਾਜਦੀਪ ਇੱਥੇ ਵੀ ਨਹੀਂ ਆਇਆ। ਰਾਜਦੀਪ ਕਹਿੰਦਾ ਸੀ ਜੇ ਵਿਹਲਾ ਹੋ ਗਿਆ ਤਾਂ ਆ ਜਾਵਾਂਗਾ। ਚਲੋ ਆਂਟੀ, ਮੋਬਾਈਲ ਲਾ ਕੇ ਪੁੱਛ ਲਓ, ਜੇ ਫ੍ਰੀ ਹੋ ਗਿਆ ਉਹਨੂੰ ਕੋਈ ਘਰੇ ਆ ਜੇ, ਰਲ ਕੇ ਡਿਨਰ ਕਰ ਲੈਂਦੇ ਆ। ਉਹ ਮੈਂ ਮਿਲਾਨਾ ਯਾਰ ਉਹਨੂੰ, ਫੋਨ ਦੇਖਦੇ ਆ, ਕਰਦੇ ਆ ਗੱਲ ਬਈ ਕਿੱਥੇ ਰਹਿ ਗਿਆ। ਹੱਡੀਆਂ ਧੋ ਕੇ ਪਾਈਆਂ ਝਾਂਜਰਾਂ, ਲੌਂਗ ਮਰੇ ਲਿਸ਼ਕਾਰੇ। ਕੰਗੜਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ, ਕੰਗੜਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ। ਉਹ ਖੜ 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 ਖੜ, ਇੱਕ ਮਿੰਟ। ਉਹ ਕੀ ਹੋ ਗਿਆ ਬਈ? ਹੈਲੋ 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 ਹੈਲੋ, ਡੈਡੀ ਜੀ ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ ਹੈਲੋ, ਇਹਦਾ ਤਾਂ ਕੰਮ ਹੀ ਇਹੀ ਹੈ ਯਾਰ। ਓ ਯਾਰ, ਇੱਕ ਤਾਂ ਡੈਡੀ ਜੀ ਵੀ ਨਾ ਇੰਜੋਏ ਨਹੀਂ ਕਰਨ ਦਿੰਦੇ। ਛੱਡ ਯਾਰ। ਓ ਰਾਜਦੀਪ, ਤੂੰ ਇਕੱਲੇ ਨਹੀਂ ਯਾਰ, ਸਾਡੇ ਸਾਰਿਆਂ ਦੇ ਘਰ ਵਾਲੇ ਤਾਂ ਆਪਣੇ ਬੱਚਿਆਂ ਨੂੰ ਪਾਲਤੂ ਜਾਨਵਰ ਹੀ ਸਮਝਦੇ ਨੇ ਯਾਰ। ਓ ਛੱਡ ਯਾਰ, ਮੇਰੀ ਮੰਮੀ ਤਾਂ ਮੈਨੂੰ ਜਦੋਂ ਦੇਖੋ ਫੋਨ ਕਰ ਕਰਕੇ ਤੰਗ ਕਰ ਦਿੰਦੇ ਨੇ। ਹਮੇਸ਼ਾ ਪੁੱਛਦੇ ਨੇ ਕਿੱਥੇ ਐ, ਕਦੋਂ ਆਏਗਾ, ਕੀ ਕਰ ਰਿਹਾ। ਤੰਗ ਆ ਗਿਆ ਯਾਰ ਮੈਂ ਇਹਨਾਂ ਤੋਂ। ਤਾਂ ਹੀ ਤਾਂ ਮੈਂ ਆਪਣਾ ਫੋਨ ਸਵਿਚ ਆਫ ਕਰ ਦਿੰਦਾ, ਕੌਣ ਮੱਥਾ ਕਪਾਈ ਕਰੂ ਇਹਨਾਂ ਨਾਲ। ਪਤਾ ਨਹੀਂ ਕੀ ਗੱਲ, ਫੋਨ ਹੀ ਨਹੀਂ ਚੱਕਦਾ। ਓ ਲੈ ਯਾਰ, ਫਿਰ ਆ ਗਿਆ ਫੋਨ। ਛੱਡ ਯਾਰ ਤੂੰ, ਚੱਲ ਛੱਡ ਯਾਰ। ਹੈਲੋ, ਉਹ ਕਿੱਥੇ ਸੈਰਾਂ ਕਰ ਰਿਹਾ? ਨਹਿਰਾਂ? ਕਿਹੜੀਆਂ ਨਹਿਰਾਂ ਡੈਡੀ ਜੀ? ਓ ਡੈਡੀ ਜੀ, ਮੈਂ ਤਾਂ ਟਿਊਸ਼ਨ ਪੜ੍ਹਨ ਆਇਆ। ਕਿਸੇ ਨਹਿਰ ਤੇ ਨਹਾਉਣ ਨਹੀਂ ਆਇਆ, ਕੀ ਗੱਲਾਂ ਕਰਦੇ ਹੋ? ਓ ਤੂੰ ਅੱਜ ਇਕਬਾਲ ਸਿੰਘ ਦੇ ਘਰ ਕਦ ਆਏਗਾ? ਕਦੋਂ ਨਾ ਆਏਗਾ? ਓ ਡੈਡੀ, ਕੋਈ ਨਹਾਉਣ ਦਾ ਟਾਈਮ ਹੈ, ਮੈਂ ਸਵੇਰੇ ਨਹਾਵਾਂਗਾ, ਤੁਸੀਂ ਗੀਜ਼ਰ ਬੰਦ ਕਰ ਦਿਓ। ਹੈਲੋ 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 ਹੈਲੋ, ਪਤਾ ਨਹੀਂ ਕਿੱਥੋਂ ਇਹ ਬੋਲ ਆ ਜਾਏ ਜੰਪ। ਹੈਲੋ। ਓ ਯਾਰ, ਇੱਕ ਤਾਂ ਡੈਡੀ ਦਾ ਵਸ ਨਹੀਂ ਚੱਲਦਾ, ਨਹੀਂ ਤਾਂ ਸਾਰਾ ਦਿਨ ਘਰ ਹੀ ਬਿਠਾਈ ਰੱਖਣ ਮੈਨੂੰ ਤਾਂ। ਓ ਜੇ ਅਸੀਂ ਵੀ ਘਰ ਵਾਲੇ ਦੇ ਆਸਰੇ ਹੁੰਦੇ ਨਾ, ਤੇ ਹੁਣ ਦੁੱਧ ਦੇ ਗਲਾਸ ਰਸੇ ਡਬੋ ਡਬੋ ਕੇ ਖਾਂਦੇ। ਇਹ ਤਾਂ ਸਾਡੀ ਹਿੰਮਤ ਹੈ ਵੀ ਸ਼ਾਰੀ ਮਾਰ ਕੇ ਇੱਧਰ ਉੱਧਰ ਹੋ ਜਾਈਦਾ ਤੇ ਮੂੰਹ ਕੋੜਾ ਕਰ ਲਈਦਾ। ਉਹਨਾਂ ਨੂੰ ਕੀ ਪਤਾ ਅਸੀਂ ਤੇ ਦੁੱਧ ਦੇ ਪਿਓਣ ਦੀ ਤਿਆਰੀ ਲਈਏ। ਮਸਾ ਮਸਾ ਚੜੀ ਸੀ, ਡੈਡੀ ਨੇ ਸਾਰੀ ਲਾ ਕੇ ਰੱਖ ਦਿੱਤੀ। ਚਲੋ ਯਾਰ, ਸਾਰੇ ਹੁਣ ਆਪਣਾ ਫੋਨ ਸਾਇਲੈਂਟ ਮੋਡ ਤੇ ਕਰੋ।
ਕਿਉਂਕਿ ਸਾਡੇ ਟਿਊਸ਼ਨ ਦੇ ਟੀਚਰ ਬਹੁਤ ਸਖਤ ਨੇ ਤੇ ਕਲਾਸ ਵਿੱਚ ਮੋਬਾਈਲ ਆਨ ਰੱਖਣ ਦੀ ਇਜਾਜ਼ਤ ਨਹੀਂ ਦਿੰਦੇ। ਚਲੋ ਫਿਰ ਬਾਈ ਆ ਕਰੋ ਚੀਅਰ ਚੱਕ। ਓਏ ਕੰਜਰੋ, ਲੈਚੀ ਖਾ ਕੇ ਤੇ ਕਿਤਾਬਾਂ ਹੱਥ ਵਿੱਚ ਫੜ ਕੇ ਜਾਣਾ, ਸਾਲਿਓ ਫੜੇ ਨਾ ਜਾਇਓ। ਓਏ ਉਹ ਤੈਨੂੰ 50 ਵਾਰੀ ਸਮਝਾਇਆ ਏ ਬਾਂਦਰ ਟੋਪੀ ਜੀ ਪਾ ਕੇ ਘਰੋਂ ਨਾ ਨਿਕਲਿਆ ਕਰ, ਪਰ ਤੇਰੇ ਖਾਨੇ 'ਚ ਗੱਲ ਕਿਉਂ ਨਹੀਂ ਪੈਂਦੀ? ਡੈਡੀ ਮੈਨੂੰ ਬਸ ਇਹ ਤੁਹਾਡੀ ਟੋਕਾ ਟੱਕੀ ਵਾਲੀ ਆਦਤ ਮਾੜੀ ਲੱਗਦੀ ਹੈ, ਬਾਕੀ ਬੰਦੇ ਤੁਸੀਂ ਮਾੜੇ ਨਹੀਂ ਹੈਗੇ। ਉਹ ਕਾਕਾ ਦੰਦ ਕਿਉਂ ਕੱਢਦਾ? ਇਹ ਦਸਤਾਰ ਏ ਨਾ, ਇਹ ਸਰਦਾਰੀ ਦੀ ਨਿਸ਼ਾਨੀ ਏ, ਨਹੀਂ ਆਪਣੇ ਤੇ ਭਈਆਂ 'ਚ ਸਾਲਾ ਫਰਕ ਕੀ ਰਹਿ ਗਿਆ? ਉਹ ਡੈਡੀ ਤੁਹਾਡੇ ਮੂੰਹ ਧਰਮ ਕਰਮ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਕੋਈ ਹੋਰ ਕਰੇ ਤਾਂ ਕਰੇ, ਤੁਸੀਂ ਵੀ। ਉਹ ਤੈਨੂੰ ਸਮਝਾਉਣਾ ਤਾਂ ਕੰਧ 'ਚ ਟੱਕਰਾਂ ਮਾਰਨ ਦੇ ਬਰਾਬਰ ਹੈ। ਉਹ ਸਿਆਣੇ ਠੀਕ ਹੀ ਕਹਿੰਦੇ ਆ, ਮੂਰਖ ਪੁੱਤ ਨੇ ਜਮੀਏ ਤੀਆਂ ਨਹੀਂ ਚੰਗੀ। ਤੁਸੀਂ ਕਿਹੜਾ ਦੁੱਧ ਨਾਲ ਧੋਤੇ ਹੋਏ ਹੋ, ਮੇਰਾ ਤਾਂ ਵਸ ਨਹੀਂ ਚੱਲਦਾ। ਕੋਈ ਚੰਗੀ ਜੀ ਐਕਸਚੇਂਜ ਆਫਰ ਦੇ ਕੇ ਮੈਂ ਤਾਂ ਆਪਣਾ ਡੈਡੀ ਬਦਲਦਾ। ਸ਼ਰਾਬ ਦੀ ਗੱਲ ਪਹਿਲੀ ਚਾਹ ਪੀਣ ਦੀ ਗੱਲ ਕੀਤੀ। ਅੱਜ ਮੈਂ ਸੋਚਦਾ ਜਿਹੜੀ ਮੈਂ ਹਰ ਟਾਈਮ ਸ਼ਰਾਬ ਪੀਂਦਾ ਰਿਹਾ ਨਾ, ਮੇਰੀਆਂ ਗਲਤੀਆਂ ਕਾਰਨ ਹੀ ਅੱਜ ਮੈਂ ਆਪਦੇ ਬੱਚੇ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ। ਇਹ ਤੇਰਾ ਮੁੰਡਾ ਏ? ਜਿੱਦਾਂ ਦੀਆਂ ਤੇਰੀਆਂ ਹਰਕਤਾਂ ਉਦਾਂ ਦੀ ਤੇਰੀ ਔਲਾਦ ਏ। ਠੀਕ ਕਹਿੰਦੇ ਨੇ, ਜਿਹੀ ਕੋਕੋ ਤੇਹੇ ਬੱਚੇ। ਇਹੀ ਤਾਂ ਕਾਰਨ ਹੈ ਕਿ ਅੱਜ ਮੈਨੂੰ ਹਰ ਬੰਦੇ ਦੇ ਸਾਹਮਣੇ ਅੱਖ ਝੁਕਾਉਣੀ ਪੈ ਰਹੀ ਹੈ। ਨਹੀਂ ਮੈਂ ਤਾਂ ਮੁੱਛ ਖੜੀ ਕਰਕੇ ਜਿਉਣ ਵਾਲਾ ਬੰਦਾ ਸੀ, ਆ ਮੇਰੀਆਂ ਗਲਤੀਆਂ ਨੇ ਹੀ ਮੈਨੂੰ ਮਾਰਿਆ। ਚਲੋ ਡੈਡੀ ਚਲੋ। ਆ ਗਿਆ ਇੱਕ ਮਿੰਟ। ਚੰਗਾ ਫੇਰ ਮਿਲਦੇ ਆ। ਚਲੋ ਚੰਗਾ ਫਿਰ, ਸਤਿ ਸ੍ਰੀ ਅਕਾਲ, ਮਹਾਰਾਜ ਭਲੀ ਕਰੇ। ਉਹ ਨਾਲਾ ਨਾਲਾ ਤੈਨੂੰ ਨਹਾ ਕੇ ਸ਼੍ਰੀ ਦੇਵੀ ਬਣਾ ਦਿਆਂਗੇ, ਉਹ ਚਮਕਾ ਦਿਆਂਗੇ ਤੈਨੂੰ। ਉਹ ਤੈਨੂੰ ਦੇਖਣ ਵਾਲੇ ਆ ਰਹੇ ਨੇ ਅੱਜ, ਨਾਲਾ ਨਾਲਾ। ਉਹ ਰਾਜਦੀਪ। ਹਾਂਜੀ ਡੈਡੀ। ਅੱਗੇ ਵੀ ਤੁਹਾਨੂੰ 20 ਵਾਰੀ ਕਿਹਾ ਨਾ ਮੈਨੂੰ ਜਾਂਦੇ ਵਕਤ ਨਾ ਟੋਕਿਆ ਕਰੋ, ਦੱਸੋ ਕੀ ਗੱਲ ਹੈ? ਉਹ ਕਦੇ ਸਾਡੇ ਕੋਲ ਵੀ ਬਹਿ ਜਿਆ ਕਰ, ਉਹ ਦੋ ਘੜੀਆਂ ਸਾਡੇ ਨਾਲ ਵੀ ਗੱਲਾਂ ਕਰ ਲਿਆ ਕਰ, ਹਰ ਟਾਈਮ ਘੋੜੇ ਤੇ ਚੜਿਆ ਰਹਿਣਾ। ਉਹ ਡੈਡੀ ਜੀ, ਤੁਸੀਂ ਕਿਹੜਾ ਮੈਨੂੰ ਹੀਰ ਰਾਂਝਾ ਤੇ ਲੈਲਾ ਮਜਨੂੰ ਦੀਆਂ ਕਹਾਣੀਆਂ ਸੁਣਾਉਣੀਆਂ ਨੇ, ਉਹ ਕਿਸੀਆਂ ਪੁਰਾਣੀਆਂ ਫੌਜ ਦੀਆਂ ਗੱਲਾਂ ਕਰਨੀਆਂ, ਛੇਤੀ ਦੱਸੋ ਕੀ ਕੰਮ ਹੈ? ਉਹ ਕਾਕਾ ਸਮੇਂ ਸਿਰ ਘਰੇ ਆਈਦਾ, ਰਾਤ ਨੂੰ 11-11 ਵਜੇ ਆ ਕੇ ਘਰੇ ਵੜਦਾ। ਉਦਣ ਇਕਬਾਲ ਸਿੰਘ ਅੰਕਲ ਦੇ ਘਰੇ ਖਾਣਾ ਖਾਣ ਗਏ ਸੀਗੇ, ਮੈਨੂੰ ਤਾਂ ਜਵਾਬ ਦੇਣਾ ਔਖਾ ਹੋ ਜਾਂਦਾ ਨਾ। ਉਹ ਡੈਡੀ ਹੁਣ ਮੈਂ ਪੜ੍ਹਾਈ ਕਰਾਂ ਕਿ ਤੁਹਾਡੀਆਂ ਲੋਕਾਚਾਰੀਆਂ ਨਿਭਾਵਾਂ? ਜੇ ਤੁਸੀਂ ਮੈਨੂੰ ਕਹਿੰਦੇ ਹੋ ਤਾਂ ਮੈਂ ਪੜ੍ਹਾਈ ਲਿਖਾਈ ਦੇਣਾ ਵਾਂ ਛੱਡ, ਤੇ ਤੁਹਾਡੇ ਨਾਲ ਲੋਕਾਂ ਘਰ ਰੋਟੀ ਖਾਣ ਦਾ ਕੰਮ ਫੜ ਲੈਣਾ, ਫਿਰ ਨਾ ਕਹਿਣਾ ਕਿ ਸਾਰਾ ਪਿੰਡ ਪੜ੍ਹ ਗਿਆ ਤੇ ਮੇਰਾ ਪੁੱਤ ਅਨਪੜ੍ਹ ਹੀ ਰਹਿ ਗਿਆ। ਉਹ ਇਕਬਾਲ ਸਿੰਘ ਦਾ ਮੁੰਡਾ ਦੇਖਿਆ, ਉਹ ਵੀ ਤਾਂ ਟਿਊਸ਼ਨ ਪੜ੍ਹਦਾ ਹੈ, ਉਹ ਵੀ ਤਾਂ ਕਾਲਜ ਜਾਂਦਾ ਹੈ, ਉਹਦਾ ਵੀ ਤਾਂ ਫਰੈਂਡ ਸਰਕਲ ਹੈ, ਉਹ ਚੰਗੇ ਨੰਬਰ ਲੈਂਦਾ ਹੈ, ਤੇਰਾ ਪਤਾ ਨਹੀਂ ਮੈਨੂੰ ਤਾਂ। ਉਹ ਡੈਡੀ ਇਨਫ ਇਜ਼ ਇਨਫ, ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਮੈਨੂੰ ਗੁਰੀ ਦੀ ਐਗਜ਼ਾਮਪਲ ਨਾ ਦਿਆ ਕਰੋ, ਉਹਦਾ ਆਪਣਾ ਲਾਈਫ ਸਟਾਈਲ ਹੈ ਜ਼ਿੰਦਗੀ ਜੀਂਦਾ, ਮੇਰਾ ਆਪਣਾ ਲਾਈਫ ਸਟਾਈਲ ਹੈ ਜ਼ਿੰਦਗੀ ਜੀਂਦਾ, ਦੱਸੋ ਮੈਂ ਕੀ ਲੈਣਾ ਹੋਇਆ ਤੋਂ? ਤੁਹਾਨੂੰ ਮੈਂ ਕਦੇ ਉਹਦੇ ਡੈਡੀ ਨਾਲ ਕੰਪੇਅਰ ਕੀਤਾ ਵਾ? ਰਾਜਦੀਪ ਉਹ ਆ ਜਾ, ਉਹ ਸ਼ੋ ਦਾ ਟਾਈਮ ਨਿਕਲੀ ਜਾਂਦਾ ਯਾਰ, ਆ ਜਾ ਫਿਰ ਕੰਟੀਨ 'ਚ ਹੀ ਬਹਿਣਾ ਪਊ। ਉਹ ਛੱਡੋ ਯਾਰ, ਆਇਆ ਮੈਂ ਯਾਰ ਆਇਆ, ਐਵੇਂ ਹੀ ਬਸ ਸਵੇਰੇ ਸਵੇਰੇ ਸ਼ੁਰੂ ਕਰ। ਚੱਲ ਯਾਰ। ਉਹ ਰੱਬਾ, ਪਤਾ ਨਹੀਂ ਮੇਰੀ ਪਰਵਰਿਸ਼ 'ਚ ਕਿਹੜੀ ਕਮੀ ਰਹਿ ਗਈ, ਜਿਹੜਾ ਮੇਰਾ ਪੁੱਤਰ ਮੇਰੇ ਨਾਲ ਜ਼ਬਾਨ ਲੜਾਉਣ ਲੱਗ ਪਿਆ। ਮੈਂ ਮਿਲਿਆ ਸੁੱਖ।
ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜਦਾ ਨਾ ਗੁਰਮੁਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜਦਾ ਨਾ ਉਹ ਆ ਗਿਆ ਰਾਜਦੀਪ ਉਹ ਆ ਵੀ ਦੀਪ ਯਾਰ ਅੱਜ ਸ਼ੁੱਕਰ ਵਾਲੇ ਦਿਨ ਵੀ ਤੂੰ ਲੇਟ ਹੋ ਗਿਆ ਬਾਈ ਯਾਰ ਯਾਰ ਹੁਣ ਤਾਂ ਸ਼ੋਅ ਦਾ ਟਾਈਮ ਵੀ ਲੰਘ ਗਿਆ ਯਾਰ ਸਾਡਾ ਨੁਕਸਾਨ ਹੋ ਗਿਆ ਫੋਨ ਤਾਂ ਕਰ ਦਿੰਦਾ ਸੀ ਫਿਲਮ ਦੇਖਣ ਚਲੇ ਜਾਂਦੇ ਯਾਰ ਸਾਡਾ ਵੀ ਨੁਕਸਾਨ ਹੀ ਕਰਤਾ ਯਾਰ ਤੂੰ ਤਾਂ ਆਹੋ ਨੁਕਸਾਨ ਤੇਰਾ ਫਿਲਮ ਨਾ ਜਾਣ ਕਰਕੇ ਜਿਵੇਂ ਸਾਰੇ ਫਿਲਮ ਇੰਡਸਟਰੀ ਘਾਟੇ ਹੀ ਚਲੀ ਜਾਣੀ ਗੱਲਾਂ ਕਰਦਾ ਅੱਗੇ ਮੇਰਾ ਮੂਡ ਖਰਾਬ ਹੈ ਮੇਰੇ ਦਿਮਾਗ ਦੀ ਹੋਰ ਫਿਰਕੀ ਨਾ ਘੁਮਾ ਉਹ ਕੀ ਗੱਲ ਬੜੇ ਗੁੱਸੇ 'ਚ ਹੈ ਐਵੇਂ ਵੱਢਣ ਨੂੰ ਪਈ ਜਾਂਦਾ ਗੱਲ ਕਰ ਕੋਈ ਠੰਡਾ ਜਾਂ ਬੀਅਰ ਬੂਅਰ ਪਿਆਈਏ ਉਹ ਬੀਅਰ ਸਵੇਰ ਦਾ ਵੇਲਾ ਠੰਡੇ ਨਾਲ ਹੀ ਗੁਜ਼ਾਰਾ ਕਰ ਲੈਨੇ ਆ ਆਜੋ ਫਿਰ ਚਲੋ ਚਲੋ ਉਹ ਆਜੋ ਚਲੋ ਚਲੋ ਚਲੀਏ ਬਈ ਉਹ ਯਾਰ ਸਵੇਰੇ ਸਵੇਰੇ ਬੀਅਰ ਉਹ ਯਾਰ ਆਪਾਂ ਕਿਹੜਾ ਪੰਡਾ ਦੇ ਗਿਆ ਖਿੱਚਦੇ ਖਿੱਚਦੇ ਯਾਰ ਆਪਾਂ ਕਿਹੜਾ ਬੰਮਣ ਗਏ ਆ ਹੋਰ ਆਪਾਂ ਬਿੱਲ ਆਪਾਂ ਕਿਹੜਾ ਦੇਣਾ ਬਿੱਲ ਆਪਾਂ ਕਿਹੜਾ ਦੇਣਾ 20 ਰੁਪਏ ਆਪਾਂ ਦੇ ਦਾਂਗੇ ਯਾਰ ਚਲੋ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਜੀ ਕਦੀ ਪੜ੍ਹ ਵੀ ਲਿਆ ਕਰੋ ਮੂਰਖੋ ਕੰਟੀਨ ਕਿਹੜਾ ਕਿਤੇ ਭੱਜ ਚੱਲੀ ਹੈ ਨਾਲੇ ਉੱਥੇ ਤੁਹਾਡੀ ਮਾਂ ਬੈਠੀ ਹੈ ਜਿਹੜਾ ਗਰਮ ਗਰਮ ਪਰੌਂਠੇ ਬਣਾ ਖਵਾ ਰਹੀ ਹੈ ਜਿਹੜਾ ਬੰਕ ਲੈ ਕੰਟੀਨ ਚੱਲੇ ਹੋ ਕੋਈ ਬਾਤ ਨਹੀਂ ਪ੍ਰੋਫੈਸਰ ਸਾਹਿਬ ਕੱਲ ਕੋ ਫੇਲ ਹੋ ਗਏ ਕੰਟੀਨ ਮੇ ਕਮ ਸੇ ਕਮ ਛੋਟੂ ਕੀ ਨੌਕਰੀ ਤੋ ਮਿਲ ਹੀ ਜਾਏਗੀ ਮੈਡਮ ਜੀ ਅਸੀਂ ਇੱਥੇ ਪ੍ਰਿੰਸੀਪਲ ਬਣਨ ਦੀਆਂ ਤਿਆਰੀਆਂ ਕਰੀ ਬੈਠੇ ਹਾਂ ਤੇ ਤੁਸੀਂ ਸਾਨੂੰ ਛੋਟੂ ਬਣਾ ਰਹੇ ਹੋ ਵੈਰੀ ਬੈਡ ਦੇਖੀ ਕੀ ਗੱਲਾਂ ਕਰੀ ਜਾਂਦੇ ਨੇ ਪ੍ਰਿੰਸੀਪਲ ਬਣਨ ਥਾਲੇ ਨੇ ਦੇਖ ਲੈ ਜਰਾ ਪਾਗਲ ਹੋ ਗਿਆ ਉਹ ਪ੍ਰਿੰਸੀਪਲ ਬਣਨ ਲਈ ਕਲਾਸ ਬੈਠ ਕੇ ਦਿਮਾਗ ਲਾ ਕੇ ਪੜਿਆ ਜਾਂਦਾ ਹੈ ਕੰਟੀਨ ਬੈਠ ਕੇ ਸਕੀਮਾਂ ਨਹੀਂ ਲਾਈਆਂ ਜਾਂਦੀਆਂ ਚਲੋ ਅੱਜ ਤੋਂ ਕੰਟੀਨ ਜਾਣਾ ਬੰਦ ਉਹ ਆ ਗਏ ਵਿਹਲੇ ਪਰਿੰਦੇ ਆਪਾਂ ਜਦੋਂ ਵੀ ਕੰਟੀਨ ਆਈਏ ਵਿਹਲੇ ਇੱਥੇ ਹੀ ਹੁੰਦੇ ਕਲਾਸ ਪਤਾ ਨਹੀਂ ਕਦੋਂ ਲਾਉਂਦੇ ਹੋ ਜਦ ਕਲਾਸ ਦੋ ਦੋ ਸਾਲ ਲਾਣੇ ਹੋਣ ਤਾਂ ਪੀਰੀਅਡ ਲਾਉਣ ਦੀ ਕਾਹਦੀ ਚਿੰਤਾ ਨਕਲ ਮਾਰ ਕੇ ਵੀ ਪਾਸ ਨਾ ਹੋਣ ਨਮੂਨੇ ਇਕੱਠੇ ਕੀਤੇ ਹੋਏ ਆਪਣੇ ਪੇਰੈਂਟਸ ਦੇ ਪੈਸੇ ਖਰਾਬ ਕਰ ਰਹੇ ਨੇ ਬਿਲੀਆਂ ਅੱਖਾਂ ਵਾਲਾ ਪਾਰਟ 1 ਵਿੱਚ ਵੀ ਮੇਰੇ ਨਾਲ ਸੀ ਮੇਰਾ ਫਾਈਨਲ ਈਅਰ ਕੰਪਲੀਟ ਹੋਣ ਵਾਲਾ ਤੇ ਹਾਲੇ ਤੱਕ ਵੀ ਪਾਰਟ 1 ਵਿੱਚ ਹੀ ਹੈ ਉਹ ਕਾਲੇ ਕੋਟ ਵਾਲਾ ਤਾਂ ਖਾ ਖਾ ਕੇ ਫਟਣ ਤੇ ਆ ਗਿਆ ਉਹ ਮੰਗਾ ਲਓ ਯਾਰ ਹੁਣ ਬੱਤੇ ਕਿਹੜਾ ਪੰਡਤ ਤੋਂ ਮਹੂਰਤ ਕਢਾਉਣਾ ਏ ਇੱਕ ਮਿੰਟ ਮੈਂ ਮੰਗਵਾਉਣਾ ਉਹ ਛੋਟੂ ਉਹ ਲਿਆ ਯਾਰ ਤਿੰਨ ਠੰਡੇ 6 ਗਲਾਸਾਂ ਹੀ ਕਰ ਲਿਆਈ ਮੇਰੇ ਖਾਤੇ ਚੋਂ ਦਿਖਾਤੀ ਨਾ ਆਪਣੀ ਔਕਾਤ ਉਹ ਦੀਪਿਆ ਤੂੰ ਕਿਉਂ ਤੋਰੀ ਵਾਂਗੂ ਮੂੰਹ ਲਟਕਾ ਕੇ ਖੜਾ ਹੈ ਉਹ ਯਾਰ ਕੀ ਦੱਸਾਂ ਇੱਕ ਤਾਂ ਮੈਂ ਆਪਣੇ ਘਰਦਿਆਂ ਦੇ ਟੋਕਾ ਟਾਕੇ ਤੋਂ ਇੰਨਾ ਪਰੇਸ਼ਾਨ ਹਾਂ ਦੂਜਾ ਗੁਰਵੀਰ ਨੇ ਮੇਰਾ ਲਹੂ ਪੀਤਾ ਹੋਇਆ ਕਿਹੜਾ ਜੰਪ ਆ ਸਾਡੇ ਯਾਰ ਦਾ ਲਹੂ ਪੀਣ ਵਾਲਾ ਤੂੰ ਇੱਕ ਵਾਰ ਦੱਸਦਾ ਸਹੀ ਆਪਾਂ ਹੁਣੇ ਦੇਖ ਲੈਂਦੇ ਹਾਂ ਨਹੀਂ ਨਹੀਂ ਛੱਡ ਯਾਰਾ ਉਹਦੀ ਕੀ ਮਜ਼ਾਲ ਆ ਮੇਰਾ ਕੁਛ ਵਿਗਾੜ ਲਏ ਬਸ ਮੇਰੇ ਘਰ ਦੀ ਉਹਦੀਆਂ ਐਗਜ਼ਾਮਪਲਾਂ ਦੇ ਕੇ ਮੇਰੇ ਕੰਨ ਪਕਾ ਦਿੰਦੇ ਨੇ ਮੈਂ ਤੇ ਕਹਿੰਦਾ ਨਕਲੀ ਕਿ ਉਹ ਤੇ ਕਟਿਆ ਪਿਓ ਉਹ ਰੱਬ ਦੁਸ਼ਮਣ ਨੂੰ ਵੀ ਨਾ ਦਵੇ ਹੁਣ ਆਪਾਂ ਇਹ ਸੋਚੀਏ ਕਿ ਕਰਨਾ ਕੀ ਹੈ ਜੇ ਉਹ ਸ਼ਰੀਫ ਹੈ ਤੇ ਸਾਡੀ ਕਿਹੜੇ ਥਾਣੇ ਫੋਟੋਆਂ ਲੱਗੀਆਂ ਕਿਉਂ ਬਾਈ ਜੀ ਬਿਲਕੁਲ ਸਹੀ ਕਿਹਾ ਨਾ ਮੈਂ ਤਾਂ ਕਹਿੰਦਾ ਉਹਨੂੰ ਨਕਲ ਦੇ ਕੇਸ 'ਚ ਫਸਾ ਦਿਓ ਕਿਉਂ ਬਾਈ ਤੇਰੀ ਸ਼ਕਲ ਚੰਗੀ ਨਹੀਂ ਗੱਲ ਤਾਂ ਚੰਗੀ ਕਰ ਲਿਆ ਕਰ ਯਾਰ ਮੇਰੇ ਕੋਲ ਇੱਕ ਆਈਡੀਆ ਹੈ ਜਿਹਦੇ ਨਾਲ ਸੱਪ ਵੀ ਮਰ ਜੂ ਤੇ ਲਾਠੀ ਵੀ ਨਹੀਂ ਟੁੱਟੂ ਪ੍ਰਭਾਵ ਹੇਠਾਂ ਜਲਦੀ ਹੀ ਆਕਰਸ਼ਿਤ ਹੋ ਕੇ ਭੈੜੀ ਸੰਗਤ ਵਿੱਚ ਚਲਾ ਜਾਂਦਾ ਹੈ ਪਰ ਜਦੋਂ ਰੱਬੀ ਗੁਣ ਧਾਰਨ ਕਰਨ ਜਾਂ ਸਤਸੰਗ ਕਰਨ ਦਾ ਵੇਲਾ ਆਉਂਦਾ ਹੈ ਤਾਂ ਤੂੰ ਲੰਬੀਆਂ ਤਾਣ ਕੇ ਸੋ ਜਾਂਦਾ ਹੈ ਅਵਸਰ ਆਪਣਾ
बुझे ना एना माया मोह रस लपटाना रहाओ रहाओ दी तुक विच गुरु साहब समझाते हैं हे बेसमझ मन तू इस अवसर नू तू इस मौके नू क्यों नहीं संभालदा मोह माया ते मेरे तेरे दे जाल विच क्यों फसिया है इन्ना झूठे रसा विच क्यों लपटिया होया है ओ यारो एक तो महंगाई दी मार ने बंदे नू दुखी कर लिया उतों साड़ी पेंशन च भी कोई वादा नहीं हुंदा ओ यार तेनू तो पेंशन मिल जानी है ओ यारां दे पल्ले तो टेंशन तो अलावा कख नहीं पैना ओ यार एक दवाइयां ओ सरकार सस्तियां करी जांदी है ते शराब महंगी करी जांदी है दवाइयां सस्तियां जिहड़ियां कदे कदे खाणियां ने ते शराब महंगी जिहड़ी असीं नित पीणी हुंदी है वाह नहीं सरकारे औखे करते लड़े यारा दे नजारे हुण तां वोटां जी मिलदी आ खुल के पीण नूं ओ फौज चों कोटे दी दारू पी पी के हुण मुल लै के पीण नूं जी नहीं करदा अल्लाह बादशाह लग गई असीब लो कर लो क्यों नूं भांडा आ तां सरकार दी मार नाल वध मार पै गई तू ही क्या सी दीपक चंगी नहीं हुई भी रे सवेरे सवेरे मेरा मूड खराब हो गया तो यार इन्नी टेंशन के लै रहे हैं वो बैठा है गुरी आओ दी क्लास लाने हैं ते तेरा कर दे हैं गुस्सा चलो ठंडा चलो आजो हाँ भाई गुरी बस वीरे वधिया तुसी सुनाओ हाला वीरे होर सब वधिया ओ यार तू ता कदे मिलदा ही नहीं नाले मेरी एक गल याद रखी यारां नाल ही बारां आउंदियां ने नहीं नहीं वीरे यार एदा दी केड़ी गल है तुसी दसो की सेवा मेरे लायक ओ सालिया सेवा का दी असी केड़ा तेरे तो लत्ता घटाणियां ने सेवा ता असी करनी है तेरी मौका ता दे एक बार एहो जी सेवा करांगे तू याद रखेगा याद यार तुसी जदों मर्जी प्रोग्राम बना लो मैं आ जावांगा जदों मर्जी की अज ही चल साडे नाल जन्नत दे नजारे दवाने तेनू जन्नत दे हां वीरे तू अज ही चल साडे नाल नहीं नहीं अज नहीं और नाले तू भी की याद रखेगा यारा दी यारी किन्नू कहंदे वीरे ओ मन्नेया साडे च पढ़ाई लिखाई वाली क्वालिटी नहीं पर होर बड़े गुण ने साडे च ओ एवें थोड़ी सारे कॉलेज च साडे झंडे झूलदे ने क्यों भी ओ चल बस कर सारा कुछ इत्थे दस देंगा ओ पहला नाल ता ले चल बाकी कारना मैं रस्ते दस देंगे ओ चलता नहीं नहीं यार आज नहीं आज मैं पहले ही बड़ी लेट आ कर दे फिक्र कर दे होंगे ले आ की गल करती घर दे दी कादी टेंशन है घर फोन करके कह दे कि आज लेट आएगा एक्स्ट्रा क्लास है करे झूठ का दली बोलना यार मैं फिर घर दस के आ जाऊंगा ठीक है ना उन्होंने मैनू केड़ा मना करना है चल चंगा यार मैं चलता हूं फिर कदे यार चलो यार यार ओ चल कोई गल नहीं फिर फड़ लाए किसी दिन मिलो मेरे पाई
ਅੱਜ ਦਾ ਕੀ ਸਮਾਚਾਰ ਆ? ਕਿਹੜੀ ਕੋਈ ਚੰਗੀ ਖਬਰ ਹੋਣੀ? ਨਸ਼ੇ ਵਿੱਚ ਧੁੱਤ 5 ਨੌਜਵਾਨਾਂ ਦੀ ਗੱਡੀ ਨੇ ਕੁਚਲੇ 4 ਪ੍ਰਵਾਸੀ ਮਜ਼ਦੂਰ। ਬਹੁਤ ਮਾੜਾ ਹੋਇਆ, ਬੁਰਾ ਹੀ ਹਾਲ। ਨਸ਼ੇ ਦਾ ਤਾਂ ਵਿਸ਼ਾ ਹੀ ਬੜਾ ਗੰਭੀਰ ਏ, ਪੰਜਾਬ 'ਚ ਤਾਂ ਬਹੁਤ ਅੱਗ ਲੱਗੀ ਪਈ ਏ, ਘਰ ਘਰ ਇਹ ਹਾਲ ਏ। ਪਤਾ ਨਹੀਂ ਵੀਰ ਜੀ, ਨੌਜਵਾਨ ਵਰਗ ਗੁਰਦੁਆਰੇ ਆਉਣ ਤੋਂ ਕਿਉਂ ਕੰਨੀ ਕੁੱਤਰ ਆਉਂਦਾ? ਮੈਨੂੰ ਤਾਂ ਸਮਝ ਨਹੀਂ ਆਉਂਦੀ ਪ੍ਰਧਾਨ ਸਾਹਿਬ, ਆਪਾਂ ਤਾਂ ਗੁਰਦੁਆਰੇ ਸਾਹਿਬ ਦਾ ਹਾਲ ਵੀ ਪੱਕਾ ਕਰਵਾਤਾ, ਲੰਗਰ ਵੀ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀ ਦੀ ਆ, ਪਰ ਸਮਝ ਨਹੀਂ ਆਉਂਦੀ ਕਿ ਸੰਗਤ ਦਾ ਜਿਹੜਾ ਰੁਝਾਨ ਆ ਉਹ ਗੁਰਦੁਆਰੇ ਦਾ ਕਿਉਂ ਨਹੀਂ ਬਣਦਾ? ਸਿਆਣੀ ਉਮਰ ਦੇ ਤਾਂ ਫਿਰ ਵੀ ਆ ਜਾਂਦੇ ਨੇ, ਪਰ ਨੌਜਵਾਨ ਲੱਭਿਆ ਹੀ ਨਹੀਂ ਲੱਭਦੇ। ਸਰਦਾਰ ਸਾਹਿਬ ਦੂਰ ਕੀ ਜਾਈਏ, ਸਾਡੇ ਆਪਣੇ ਘਰਾਂ ਦੇ ਕਾਕੇ ਮਸਾਂ ਵਾਸਤਾ ਦੇ ਕੇ ਗੁਰਦੁਆਰੇ ਭੇਜੀ ਦਾ ਵੀ ਪਤੰਤਰੋ, ਤੁਸੀਂ ਗੁਰਦੁਆਰੇ ਨਹੀਂ ਜਾਓਗੇ ਤੇ ਹੋਰ ਕਿਹੜਾ ਜਾਏਗਾ? ਬਿਲਕੁਲ ਜੀ, ਮੈਂ ਤਾਂ ਕਈ ਵਾਰ ਕਹਿ ਚੁੱਕਾ ਕਿ ਇਮਾਰਤਾਂ ਪੱਕੀਆਂ ਕਰਨ ਦੀ ਬਜਾਏ ਸਿੱਖੀ ਨੂੰ ਪੱਕੀ ਕਰਨ ਦੇ ਬਾਰੇ ਸੋਚੀਏ। ਅਸੀਂ ਇਮਾਰਤਾਂ ਪੱਕੀਆਂ ਕਰੀ ਜਾ ਰਹੇ ਹਾਂ ਤੇ ਸਿੱਖ ਕੱਚੇ। ਪੁਰਾਤਨ ਸਮੇਂ ਵਿੱਚ ਇਮਾਰਤਾਂ ਭਾਵੇਂ ਕੱਚੀਆਂ ਹੀ ਸੀ ਪਰ ਸਿੱਖ ਪੱਕੇ ਸਨ। ਇਹ ਗੱਲ ਤਾਂ ਤੇਰੀ ਠੀਕ ਹੈ ਗੁਰਸੇਵਕ ਸਿਆ, ਅਸੀਂ ਕਿਹੜਾ ਇਮਾਰਤਾਂ ਪੱਕੀਆਂ ਕਰਕੇ ਉਹਦੇ ਵਿੱਚ ਗੁੱਲੀ ਡੰਡਾ ਖਿਡਵਾਉਣਾ? ਅਸੀਂ ਵੀ ਤਾਂ ਪ੍ਰਚਾਰ ਹੀ ਕਰਨ ਡਏ ਹਾਂ। ਅਸੀਂ ਤਾਂ ਚੰਗੇ ਪ੍ਰਚਾਰਕ ਅਤੇ ਕੀਰਤਨੀਆਂ ਵੀ ਬੁਲਾ ਕੇ ਦੇਖ ਲਏ, ਫਿਰ ਵੀ ਜਿਹੜਾ ਨੌਜਵਾਨ ਵਰਗ ਹੈ ਗੁਰੂ ਘਰ ਆ ਕੇ ਗੁਰਬਾਣੀ ਨਾਲ ਪਤਾ ਨਹੀਂ ਕਿਉਂ ਨਹੀਂ ਜੁੜਦਾ ਪਿਆ। ਹੁਣ ਸੰਗਤ ਨੂੰ ਗੁਰੂ ਘਰ ਲਿਆਉਣ ਲਈ ਕਥਾ ਕੀਰਤਨ ਦੇ ਨਾਲ ਨਾਲ ਕੰਪਿਊਟਰ ਕਲਾਸਾਂ, ਦਸਤਾਰ ਸਿਖਲਾਈ, ਗੱਤਕਾ ਟ੍ਰੇਨਿੰਗ ਤੇ ਗੁਰਮਤਿ ਦੀਆਂ ਕਲਾਸਾਂ ਦਾ ਵੀ ਇੰਤਜ਼ਾਮ ਕਰੀਏ ਤਾਂ ਜੋ ਨੌਜਵਾਨ। ਬਿਲਕੁਲ ਠੀਕ ਹੈ, ਇਹ ਗੱਲ ਬਹੁਤ ਵਧੀਆ, ਇਹਦੇ ਨਾਲ ਸਾਡੀਆਂ ਗੁਰਦੁਆਰੇ ਦੀਆਂ ਇਮਾਰਤਾਂ ਵੀ ਕੰਮ ਆ ਜੂਗੀਆਂ, ਨਾਲੇ ਪ੍ਰਚਾਰ ਦਾ ਪਸਾਰਾ ਵੀ ਵੱਧ ਜਾਏਗਾ। ਬਿਲਕੁਲ, ਮੈਨੂੰ ਤਾਂ ਲੱਗਦਾ ਸਾਡੇ ਪ੍ਰਬੰਧਕਾਂ 'ਚ ਹੀ ਕਮੀ ਆ, ਅਸੀਂ ਸੰਗਤ ਤੱਕ ਗੁਰੂ ਸਾਹਿਬ ਦਾ ਸੁਨੇਹਾ ਨਹੀਂ ਭਿਜਵਾ ਸਕੇ। ਬਿਲਕੁਲ ਜੀ, ਕਮੀ ਤਾਂ ਸਾਡੇ ਵਿੱਚ ਹੀ ਹੈ ਨਾ, ਗੁਰੂ ਸਾਹਿਬ ਕਹਿੰਦੇ ਨੇ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਗਿਆਨ ਤਾਂ ਗੁਰੂ ਦੀ ਬਾਣੀ ਨੇ ਦੇਣਾ ਸੀ, ਉਹ ਤਾਂ ਅਸੀਂ ਸ਼ਰਵਣ ਨਹੀਂ ਕੀਤੀ ਤੇ ਨਿਸ਼ਾਨ ਸਾਹਿਬ, ਚੌਰ, ਪੀੜੇ ਇਹਨਾਂ ਨੂੰ ਮੱਥਾ ਟੇਕੀ ਜਾਂਦੇ ਆ। ਸੰਗਤ ਵੀ ਤਾਂ ਸਮਾਪਤੀ ਵੇਲੇ ਹੀ ਆਉਂਦੀ ਏ, ਕਈ ਤਾਂ ਮੈਂ ਵੇਖਿਆ ਸੋਖਾ ਸਨ ਹੋ ਚੁੱਕਾ ਹੁੰਦਾ ਮਹਾਰਾਜ ਦਾ, ਭੱਜੇ ਭੱਜੇ ਆਉਂਦੇ ਨੇ, ਪੀੜੇ ਨੂੰ ਮੱਥਾ ਟੇਕ ਕੇ ਭੱਜ ਕੇ ਲੰਗਰਾਂ 'ਚ ਜਾਂਦੇ ਨੇ। ਭਲਾ ਪੀੜੇ ਨੇ ਸਾਨੂੰ ਗਿਆਨ ਥੋੜੀ ਦੇਣਾ, ਗਿਆਨ ਤਾਂ ਗੁਰੂ ਦੀ ਬਾਣੀ ਨੇ ਦੇਣਾ, ਗੁਰੂ ਦੀ ਬਾਣੀ ਨੇ ਦੇਣਾ। ਸਹੀ ਗਿਆ ਵੀ ਸਹੀ ਗਿਆ, ਹੱਥ ਕਰਤੀ ਬਾਈ, ਬਹੁਤ ਵਧੀਆ ਬਹੁਤ ਵਧੀਆ। ਚਲੋ ਇੱਕ ਸ਼ੇਰ ਸੁਣੋ, ਡੋਲੀ ਵਾਲੀ ਕਾਰ ਚੜਦਿਆਂ ਹੀਰ ਨੇ ਚੀਕਾਂ ਮਾਰੀਆਂ ਨੇ, ਵਾਹ 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 ਵਾਹ। ਡੋਲੀ ਵਾਲੀ ਕਾਰ ਚੜਦਿਆਂ ਹੀਰ ਨੇ ਚੀਕਾਂ ਮਾਰੀਆਂ ਨੇ, ਕਹਿੰਦੀ ਮੈਂ ਤੁਹਾਡੇ ਸਿਰ ਤੇ ਬੈਠੂ, ਗੱਡੀ ਤਾਂ ਪਹਿਲੀ 6 ਸਵਾਰੀਆਂ ਨੇ। ਇੱਕ ਬੋਲੀ ਮੇਰੀ ਆਉਣ ਦੋ ਤੇਰੀ, ਕਹਿੰਦੇ ਬਾਰੀ ਬਰਸੀ ਖੱਟਣ ਗਿਆ ਸੀ, ਉਹ ਖੱਟ ਕੇ ਕੀ ਲਿਆਂਦਾ? ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਰੂਹ। ਬਸ ਕਰ ਪਤੰਦਰਾ, ਐਨਕ ਤਾਂ ਲਾ ਦੇ, ਐ ਲੱਗਦਾ ਜਿਵੇਂ ਮੋਤੀਏ ਦਾ ਆਪਰੇਸ਼ਨ ਕਰਾਇਆ। ਬਣਿਆ ਫਿਰਦਾ ਸੂਰਦਾਸ ਬਈ, ਐ ਨਾ ਕਹਿ ਯਾਰ, ਪੂਰੇ 150 ਰੁਪਏ ਦੀ ਆ, 150 ਦੀ। ਉਹ ਯਾਰ ਗੁਰੀ ਕਿਤੇ ਛੁੱਟੀ ਤੇ ਨੀ ਮਾਰ ਗਿਆ? ਉਹ ਐਂ ਕਿਵੇਂ ਛੁੱਟੀ ਕਰ ਜੂ, ਉਹਨੇ ਕਦੀ ਕਿਸੇ ਦੇ ਮਰੇ ਤੇ ਨੀ ਛੁੱਟੀ ਕੀਤੀ, ਐਵੇਂ ਹੀ ਮਾਰੀ ਜਾਂਦੇ ਹੋ। ਜੇ ਛੁੱਟੀ ਕਰ ਗਿਆ ਨਾ ਵੀਰੇ, ਆਪਣਾ ਤਾਂ ਪਲੈਨ ਹੀ ਫੇਲ ਹੋ ਜੂ। ਜੇ ਬਾਈ ਤੇਰੀ ਸ਼ਕਲ ਨੀ ਚੰਗੀ ਤੇ ਤੂੰ ਗੱਲ ਤਾਂ ਚੰਗੀ ਕਰ ਲਿਆ ਕਰੀ ਯਾਰਾ। ਵੈਸੇ ਆਪ ਤਾਂ ਹਰ ਸਾਲ ਫੇਲ ਹੁੰਦਾ ਹੀ ਹੈ, ਹੁਣ ਬਿੱਲੇ ਵਾਂਗ ਸਾਡਾ ਪਲੈਨ ਵੀ ਫੇਲ ਕਰਾਏਗਾ। ਉਹ ਯਾਰ ਉਹਨੂੰ ਫੋਨ ਕਰਕੇ ਬੁਲਾ ਯਾਰ ਫਟਾਫਟ। ਆਹੋ, ਤੂੰ ਕਹਿੰਦਾ ਅਸੀਂ ਉਹਨੂੰ ਫੋਨ ਕਰਕੇ ਦੱਸ ਦਈਏ ਕਿ ਅਸੀਂ ਤੇਰੇ ਬੰਕ ਮਾਰਨ ਦਾ ਪਲਾਨ ਬਣਾਈ ਬੈਠੇ ਆ ਤੇ ਸਾਡਾ ਪਲਾਨ ਆ ਕੇ ਸਕਸੈਸਫੁਲ ਕਰ ਦੇ। ਚਲੋ ਉਨੀ ਦੇਰ ਫਿਰ ਮੈਂ ਤੁਹਾਨੂੰ ਆਪਣੀ ਆਉਣ ਵਾਲੀ ਐਲਬਮ ਦਾ ਇੱਕ ਗਾਣਾ ਹੀ ਸੁਣਾ ਦਿੰਦਾ, ਫਿਰ ਪਤਾ ਨਹੀਂ ਯਾਰ ਤੁਹਾਡੇ ਯਾਰ ਕੋਲੋਂ ਟਾਈਮ ਹੋਵੇ ਜਾਂ ਨਾ। ਆਹੋ ਟਾਈਮ ਜਿਵੇਂ ਬਾਕੀ ਸਿੰਗਰ ਤਾਂ ਸੰਨਿਆਸ ਲੈ ਕੇ ਜੰਗਲਾਂ ਨੂੰ ਚਲੇ ਜਾਂਦੇ ਨੇ। ਚਲੋ ਏ ਪ੍ਰੋਫੈਸਰ ਆ ਗਏ ਨੇ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਕੀ ਗੱਲ ਮੁੰਡਿਓ, ਕੰਟੀਨ ਨਹੀਂ ਗਿਆ ਅੱਜ? ਕਿਤੇ ਕਾਲਜ ਦੇ ਬਾਹਰ ਮੂੰਗਫਲੀ ਦੀ ਰੇਹੜੀ ਲਾਉਣ ਨੂੰ ਜਗ੍ਹਾ ਤਾਂ ਨਹੀਂ ਲੱਭਦੇ? ਰੇਹੜੀ ਲਾਉਣ ਦੀ ਥਾਂ
ਅਸੀਂ ਤਾਂ ਜੀ ਰੇੜੀ ਕੋਲ ਖੜ ਕੇ ਖਾਣਾ ਵੀ ਪਸੰਦ ਨਹੀਂ ਕਰਦੇ, ਤੁਸੀਂ ਸਾਨੂੰ ਰੇੜੀ ਲਾਉਣ ਦੀ ਥਾਂ ਦੀ ਗੱਲਾਂ ਕਰੀ ਜਾਂਦੇ ਹੋ। ਉਹ ਰੇੜੀ ਕਿਹੜਾ ਬਿਨਾਂ ਮਿਹਨਤ ਦੇ ਲੱਗਦੀ ਆ ਮੁੰਡੇ। ਉਹ ਆਪਣੇ ਮਾਂ ਪਿਓ ਦੇ ਪੈਸੇ ਨਾ ਖਰਾਬ ਕਰੋ, ਉਹ ਤੁਹਾਨੂੰ ਪੜ੍ਹਨ ਲਈ ਪੈਸੇ ਦੇ ਕੇ ਭੇਜਦੇ ਨੇ, ਪੜ੍ਹਿਆ ਕਰੋ, ਬੰਕ ਲਾ ਕੇ ਟੋਲੀਆਂ ਬਣਾ ਕੇ ਨਾ ਖੜਿਆ ਕਰੋ। ਚਲੋ ਯਾਰ। ਰਾਜਦੀਪ ਉਹ ਚੱਲ ਯਾਰ ਕੋਈ ਗਾਣਾ ਸੁਣਾ ਦੇ ਯਾਰ, ਜਦ ਮੂਡ ਹੀ ਫਰੈਸ਼ ਹੋ ਜਾ। ਲਓ ਜੀ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਦਿਲਾਂ ਦੀ ਧੜਕਣ, ਆਹਾ ਪੰਜਾਬ ਦੇ ਮਨਹੂਸ ਸਿੰਗਰ। ਅਸੀਂ ਪੇਸ਼ ਕਰਨ ਜਾ ਰਹੇ ਹਾਂ ਰਾਜਦੀਪ ਸਿੰਘ, ਜੋ ਕਿ ਆਪਣੀ ਪਲੇਠੀ ਐਲਬਮ ਦਾ ਪਹਿਲਾ ਗੀਤ ਸਾਨੂੰ ਸੁਣਾਉਣ ਜਾ ਰਹੇ ਨੇ, ਉਹਦੀ ਨਾਕਾਮਯਾਬ ਕੋਸ਼ਿਸ਼। ਓ ਯਾਰ ਤੁਸੀਂ ਇੰਨੀ ਤਾਰੀਫ ਕਰ ਦਿੱਤੀ ਹੈ, ਫਿਰ ਮੇਰੀ ਫਿਰ ਮੈਂ ਹੁਣ ਸੁਣਾ ਹੀ ਦੇਣਾ। ਆਉਣ ਦੋ, ਸੁਣੋ ਫਿਰ। ਕਹਿੰਦੇ ਬਾਪੂ ਬੁਲਟ ਤੂੰ ਲੈ ਦੇ, ਜ਼ਿੰਦਗੀ ਬਣ ਜੂ ਮੇਰੀ, ਸ਼ਾਮ ਸਵੇਰੇ ਲਾਉਂਦਾ ਫਿਰੂੰਗਾ, ਗਰਲਸ ਕਾਲਜ ਦੀ ਗੇੜੀ ਸੋਹਣੀ ਨੂੰ ਵੀ ਲਿਆ ਦੂੰਗਾ, ਬੁਲਟ ਤੂੰ ਲੈ ਦੇ ਮੈਨੂੰ, ਉਹ ਬਾਪੂ ਤੈਨੂੰ ਵੀ ਫਸਾ ਦੂੰਗਾ, ਬੁਲਟ ਤੂੰ ਲੈ ਦੇ ਮੈਨੂੰ, ਉਹ ਬੁਲਟ ਤੂੰ ਲੈ ਦੇ ਮੈਨੂੰ। ਰੋਕ ਕੇ ਰੱਖ ਆਪਣੇ ਜਜ਼ਬਾਤਾਂ ਨੂੰ, ਉਹ ਲੈ ਉਹ ਵੀ ਆ ਗਿਆ ਜੇ ਪਤੰਦਰ, ਸਿੱਧਾ ਕਿਤੇ ਕਲਾਸ ਚ ਨਾ ਵੜ ਦੇ, ਬੁਲਾਓ ਉਹਨੂੰ ਵੀ ਮਾੜਾ ਜਾ ਇੱਧਰ ਨੂੰ। ਹਾਂ ਬਈ ਗੁਰੀ। ਉਹ ਯਾਰ ਕਿੱਧਰ ਭੱਜੀ ਜਾਣਾ, ਕਦੀ ਯਾਰਾਂ ਕੋਲ ਵੀ ਬਹਿ ਜਾ ਕਰ। ਨਹੀਂ ਯਾਰ ਵੀਰੇ ਸੋਰੀ, ਮੈਂ ਵੇਖਿਆ ਨਹੀਂ, ਮੈਂ ਭਲਾ ਤੁਹਾਨੂੰ ਕਦੇ ਇਗਨੋਰ ਕਰਨਾ, ਬਸ ਬਾਈਕ ਪੈਂਚਰ ਹੋ ਗਈ ਸੀ, ਥੋੜਾ ਕਾਲੀ ਚਾਂ, ਕਲਾਸ ਤੋਂ ਬਾਅਦ ਮਿਲ। ਉਹ ਲੈ ਕਰ ਲੈ ਗੱਲ। ਉਹ ਕਾਲੀ, ਉਹ ਹੁਣ ਤਾਂ ਪੀਰੀਅਡ ਨੂੰ ਸ਼ੁਰੂ ਹੋਇਆ, ਅਰਸਾ ਹੋ ਗਿਆ, ਤੂੰ ਉੱਥੇ ਅੰਬ ਲੈਣ ਜਾਣੇ ਨੇ ਨਾਲੇ ਖਾਮ ਖਾ, ਸਵੇਰੇ ਸਵੇਰੇ ਪ੍ਰੋਫੈਸਰ ਦੇ ਪ੍ਰਵਚਨ ਸੁਣਨ ਨੂੰ ਮਿਲਣਗੇ, ਤੂੰ ਸਾਡੇ ਨਾਲ ਹੀ ਚੱਲ। ਇੱਥੇ ਕੋਈ ਜ਼ਰੂਰੀ ਕੰਮ ਆ? ਉਹ ਬਹੁਤ ਜ਼ਰੂਰੀ ਕੰਮ ਹੈ, ਅੱਜ ਇਸ ਨੂੰ ਧਰਤੀ ਤੇ ਬੋਝ ਹੋਇਆ 25 ਸਾਲ ਹੋ ਗਏ ਨੇ। ਪਰ ਤੈਨੂੰ ਅਸੀਂ ਆਪਣੇ ਨਾਲ ਜ਼ਰੂਰ ਲੈ ਕੇ ਜਾਣਾ, ਅਸੀਂ ਨਹੀਂ ਜਾਣਾ ਤੇਰੇ ਤੋਂ ਬਗੈਰ। ਨਹੀਂ ਯਾਰ ਹੁਣ ਤਾਂ ਕਲਾਸ ਦਾ ਟਾਈਮ ਆ, ਤੁਸੀਂ ਕੋਈ ਪ੍ਰੋਗਰਾਮ ਬਣਾ ਲਓ, ਆਪਾਂ ਸ਼ਾਮੀ ਇਕੱਠੇ ਹੁੰਦੇ ਆ, ਨਾਲੇ ਵੈਸੇ ਵੀ ਅੱਜ ਘਰੇ ਨਹੀਂ ਦੱਸਿਆ, ਜੇ ਕੋਈ ਪ੍ਰੋਗਰਾਮ ਬਣਿਆ ਦੱਸ ਦਿਓ, ਮੈਂ ਚੱਲਦਾ। ਉਹ ਯਾਰ ਸ਼ਾਮ ਕਿਹਨੇ ਦੇਖੀ ਹੈ, ਜਾਣਾ ਤੇ ਆਪਾਂ ਹੁਣੇ ਹੀ ਹੈ, ਸਿੱਧੀ ਜੀ ਗੱਲ ਹੈ। ਉਹ ਚੱਲ ਯਾਰ, ਐਵੇਂ ਭਾ ਖਾਈ ਜਾਣਾ, ਜੇ ਸਾਡੇ ਲਈ ਇੱਕ ਅੱਧਾ ਪੀਰੀਅਡ ਮਿਸ ਵੀ ਕਰ ਲੇਗਾ ਤੇ ਕਿਹੜਾ ਕਾਲਜ ਬੰਦ ਹੋ ਜਾਣਾ। ਸਹੀ ਗੱਲ ਆ, ਤੈਨੂੰ ਇਹਦੀ ਸਮਝ ਜੇ ਤੂੰ ਨਾ ਗਿਆ। ਚਲੋ ਜੇ ਤੁਸੀਂ ਕਹਿੰਦੇ ਹੋ ਮੈਂ ਚੱਲਦਾ, ਪਰ ਛੇਤੀ ਵੇਲਾ ਕਰ। ਚਲੋ ਠੀਕ, ਚਲ 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 ਉਹ ਚੱਲ ਯਾਰ। ਫਿਰਦਾ ਸ਼ਰਾਬ ਨਾਲ ਰੱਜਿਆ। ਓ ਆ ਗਿਆ ਮੇਰਾ ਯਾਰ। ਓ ਇਕਬਾਲ ਸਿਆ ਤੂੰ ਬੰਦਾ ਨਾ ਉਹੀ ਆ, ਸਮਝ ਗਿਆ ਨਾ ਮੈਂ ਕੀ ਕਹਿਣਾ, ਉਹੀ। ਉਹ ਛੱਡ ਦੇ ਪੀਣੀ ਦਾਰੂ, ਛੱਡ ਦੇ। ਓ ਯਾਰ ਮੈਂ ਕਿਹੜਾ ਨਿੱਤ ਦਾਰੂ ਪੀਨਾ, ਨਾਲੇ ਆਪਾਂ ਕਿਹੜਾ ਮੁੱਲ ਲੈ ਕੇ ਪੀ ਦਿਆ, ਮੁਫ਼ਤ ਦੀ ਮਿਲ ਜੇ ਆਪਾਂ ਛੱਡੀ ਦੀ ਨੀ। ਨਾ ਜੇ ਮੈਂ ਦਾਰੂ ਪੀਨਾ ਮੈਂ ਕਿਹੜਾ ਗਾਲਾਂ ਕੱਢਦਾ, ਜੇ ਮੈਂ ਗਾਲਾਂ ਵੀ ਕੱਢਦਾ ਉਹ ਮੈਂ ਆਪਣੇ ਘਰਦਿਆਂ ਨੂੰ ਕੱਢਦਾ। ਉਹ ਨਾਲੇ ਦਾਰੂ ਪੀ ਕੇ ਮੈਂ ਕਿਹੜਾ ਨਾਲੀਆਂ 'ਚ ਡਿੱਗਦਾ, ਜੇ ਨਾਲੀ 'ਚ ਡਿੱਗਦਾ ਮੇਰਾ ਕਿਹੜਾ ਕੁੱਤੇ ਮੂੰਹ ਚੱਟਦੇ ਆ, ਜੇ ਕੁੱਤੇ ਮੂੰਹ ਚੱਟ ਵੀ ਲੈਣਗੇ ਆਪਾਂ ਤਾਂ ਰੋਜ਼ ਨਹਾ ਹੀ ਲਈਦਾ। ਤੂੰ ਕਿਹੜਾ ਕਦੇ ਪੈਰਾਂ ਤੇ ਪਾਣੀ ਪੈਣ ਦੇਣਾ। ਪਾਣੀ ਤਾਂ ਕਦੇ ਮੈਂ ਦਾਰੂ 'ਚ ਨਹੀਂ ਪੈਣ ਦਿੱਤਾ, ਪੈਰਾਂ ਤੇ ਕਿੱਥੇ ਪੈਣ ਦੇ। ਉਹ ਨਸ਼ੇ ਹੈ ਤਾਂ ਮਾੜੀ ਚੀਜ਼ ਹੀ, ਤੂੰ ਮੈਨੂੰ ਦੱਸ ਅੱਜ ਤੱਕ ਕਿਹੜਾ ਘਰ ਇਹਨਾਂ ਨਸ਼ਿਆਂ ਕਰਕੇ ਬਚਿਆ ਵਾ। ਇਹ ਸਰੀਰ ਨੂੰ ਨਹੀਂ ਤਬਾਹ ਕਰਦੇ ਆਰਥਿਕ ਕੰਗਾਲੀ, ਤੇ ਜਿਹੜੇ ਘਰਾਂ 'ਚ ਰੋਜ਼ ਕਲੇਸ਼ ਰਹਿੰਦੇ ਆ ਦਾਰੂ ਕਰਕੇ ਹੀ ਰਹਿੰਦੇ ਨੇ, ਭਾਵੇਂ ਥੋੜੀ ਪੀਓ ਤੇ ਭਾਵੇਂ ਜ਼ਿਆਦਾ,
ਉਹ ਜ਼ਹਿਰ ਤਾਂ ਜ਼ਹਿਰ ਹੀ ਆ ਨਾ। ਇਹਨੇ ਤਾਂ ਇੱਕ ਦਿਨ ਆਪਣਾ ਰੰਗ ਦਿਖਾਉਣਾ ਹੀ ਦਿਖਾਉਣਾ ਵਾ। ਉਹ ਯਾਰਾ, ਜੇ ਦਾਰੂ ਪੀ ਕੇ 2-4 ਸਾਲ ਪਹਿਲਾਂ ਚਲੇ ਜਾਵਾਂਗੇ ਤਾਂ ਕੀ ਹੋਜੂ? ਜੀਵਾਂਗੇ ਤਾਂ ਬੜਕ ਮਾਰ ਕੇ। ਉਹ ਬਸ ਬਸ ਬਸ, ਤੇਰੀ ਮਰਜ਼ੀ। ਜੇ ਤੂੰ ਇਸੇ ਵਿੱਚ ਹੀ ਖੁਸ਼ ਆ, ਮੇਰਾ ਤਾਂ ਤੈਨੂੰ ਸਮਝਾਉਣਾ ਫਰਜ਼ ਆ, ਜੋ ਮਰਜ਼ੀ ਕਰ। ਉਹ ਇਕਬਾਲ ਸਿਆਂ, ਤੂੰ ਕੀ ਸੋਚਦਾ ਮੈਂ ਖੁਸ਼ੀ ਨਾਵੇਂ ਪੀਨਾ? ਮੈਂ 3-3 ਜੰਗਾਂ ਲੜੀਆਂ, 3-3 ਕਦੇ ਦੁਸ਼ਮਣ ਨੂੰ ਖੰਗਣ ਨਹੀਂ ਦਿੱਤਾ, ਪਰ ਅੱਜ ਮੇਰਾ ਮੁੰਡਾ ਮੇਰੇ ਨਾਲ ਅੱਖਾਂ ਲੜਾਉਂਦਾ। ਲੈ ਤੂੰ ਮੂਲੀ ਖਾ, ਕੁਛ ਖਾ ਲੈ, ਪੀਣੀ ਤਾਂ ਤੂੰ ਹੁੰਦੀ ਨੀ। ਠੀਕ ਆ, ਇਹਦੇ ਨਾਲ ਕਿਹੜਾ ਤੇਰੇ ਘਰ ਚ ਸੁੱਖ ਸ਼ਾਂਤੀ ਆਜੂ? ਮੇਰਾ ਸਮਝਾਉਣਾ ਫਰਜ਼ ਆ ਤੈਨੂੰ, ਬਾਕੀ ਤੇਰੀ ਮਰਜ਼ੀ। ਜੇ ਤੂੰ ਇਸੇ ਹੀ ਜ਼ਿੰਦਗੀ ਚ ਖੁਸ਼ ਆ ਤੇ ਦਾਰੂ ਪੀ ਕੇ ਥੋੜੀ ਤੂੰ ਆਪਣੇ ਬੱਚਿਆਂ ਨੂੰ ਸੁਧਾਰ ਲੇਗਾ, ਇਹ ਤਾਂ ਛੱਡਣੀ ਪੈਣੀ ਆ। ਕੱਲ ਨੂੰ ਤੇਰਾ ਪੁੱਤਰ ਸ਼ੁਰੂ ਕਰੂਗਾ ਤੇ ਹੋਰ ਦੁਖੀ ਹੋਏਗਾ। ਮੈਂ ਤਾਂ ਕਹਿੰਦਾ ਆਪਣੇ ਪਰਿਵਾਰ ਨੂੰ ਤੇ ਆਪਣੇ ਬੱਚਿਆਂ ਨੂੰ ਇਸ ਨਸ਼ਿਆਂ ਦੀ ਲੱਤ ਤੋਂ ਬਚਾ ਕੇ ਰੱਖੀ, ਇਸੇ ਵਿੱਚ ਹੀ ਤੇਰਾ ਭਲਾ ਵਾ। ਅਲਮਾਰੀ ਖੁੱਲੀ ਹੁੰਦੀ ਹੈ, ਆਪਾਂ ਨੂੰ ਦਾਲ ਆਣ ਲੱਗਿਆ ਕਿਹੜਾ ਟਾਈਮ ਲੱਗਦਾ ਹੈ? ਤੂੰ ਚੋਰੀ ਕਰਦਾ? ਮੈਂ ਚੋਰੀ ਕਦੇ ਵੀ ਨੀ ਵੀਰੇ, ਬਸ ਮੈਂ ਤਾਂ ਆਪਣੀ ਮਨ ਮਰਜ਼ੀ ਮੁਤਾਬਿਕ ਜਿੰਨੇ ਪੈਸੇ ਚਾਹੀਦੇ ਹੁੰਦੇ ਓਨੇ ਕੱਢ ਲੈਣਾ। ਆਪਣੇ ਮਾਂ ਪਿਓ ਦੀ ਜੇਬ ਚੋਂ ਪੈਸੇ ਕੱਢਣੇ ਚੋਰੀ ਥੋੜੀ ਨਾ, ਇਹ ਤਾਂ ਹੱਥ ਦੀ ਸਫਾਈ ਹੈ। ਉਹ ਚੱਲ ਛੱਡ ਯਾਰ, ਐਵੇਂ ਟਾਈਮ ਨਾ ਖਰਾਬ ਕਰੋ, ਜਿਹੜਾ ਕੰਮ ਕਰਨਾ ਆ ਉਹ ਕਰੀਏ। ਉਹ ਗੱਲਾਂ ਬਾਤਾਂ ਨਾਲ ਹੀ ਢਿੱਡ ਭਰੇਗਾ ਕਿ ਕੁਝ ਖਾਣ ਨੂੰ ਵੀ ਮੰਗਵਾਏਗਾ? ਭਾਜੀ, ਕੇਕ ਦਾ ਆਰਡਰ ਤਾਂ ਮੈਂ ਪਹਿਲਾਂ ਹੀ ਕਰ ਦਿੱਤਾ ਸੀਗਾ, ਆ ਹੋਰ ਕੁਝ ਖਾਣਾ ਆ ਤਾਂ ਭਾਜੀ ਨੂੰ ਦੱਸੋ। ਉਹ ਲਿਆ ਛੋਟੂ, ਕੇਕ ਲੈ ਕੇ ਆ ਬਈ। ਲਿਆ ਵੀ ਲੈ, ਆ ਗਿਆ ਆ ਗਿਆ। ਭਰਦੇ ਮੂੰਹ ਉਹ ਹੁਣ ਮੂੰਹ ਮਿੱਠਾ ਹੀ ਕਰਨਾ ਕਿ ਕੌੜਾ? ਮਿੱਠਾ? ਓਏ, ਅਸੀਂ ਕੋਈ ਦੁੱਧ ਚੁੰਘਦੇ ਬੱਚੇ ਦਾ ਜਨਮ ਦਿਨ ਮਨਾਉਣ ਆਏ ਆ, ਜਿਹੜਾ ਮੂੰਹ ਮਿੱਠਾ ਕਰੀ ਜਾਵਾਂਗੇ। ਉਹ ਮੰਗਾਓ ਫਿਰ ਕੌੜਾ ਯਾਰ। ਗੱਲ ਸੁਣੋ, ਮੈਨੂੰ ਬੜੀ ਫਿਕਰ ਹੋ ਰਹੀ ਹੈ, ਗੁਰਵੀਰ ਹਜੇ ਤੱਕ ਘਰ ਨਹੀਂ ਆਇਆ। ਆਜੇਗਾ, ਚਿੰਤਾ ਕਿਉਂ ਕਰਦੀ ਆ? ਚਿੰਤਾ ਕਿਉਂ ਨਾ ਕਰਾਂ, ਅੱਜ ਕੱਲ ਮਾਹੌਲ ਹੀ ਇੰਨਾ ਖਰਾਬ ਹੈ। ਤੁਹਾਨੂੰ ਆਪਣੀ ਪਰਵਰਿਸ਼ ਤੇ ਭਰੋਸਾ ਨਹੀਂ? ਜੋ ਤੁਸੀਂ ਉਹਨੂੰ ਬਚਪਨ ਚ ਸਿੱਖਿਆਵਾਂ ਦਿੱਤੀਆਂ ਨੇ, ਸਾਖੀਆਂ ਸੁਣਾਈਆਂ ਨੇ, ਉਸ ਨੂੰ ਕਿਤੇ ਭਟਕਣ ਨਹੀਂ ਦੇਣਗੀਆਂ, ਆ ਜਾਏਗਾ, ਚਿੰਤਾ ਨਾ ਕਰ। ਵਾਹਿਗੁਰੂ ਕਰੇ ਏਦਾਂ ਹੀ ਹੋਵੇ। ਚਲੋ ਬਈ ਲੋ, ਆ ਲੈ ਰਾਜਦੀਪ। ਓ ਮੈਨ ਯਾਰ, ਇਹ ਤਾਂ ਆ ਗਿਆ ਜੜੀਕੇ ਦਾ ਕੰਮ। ਬਸ 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 ਬਸ, ਇੱਧਰ ਵੀ ਕਰ ਯਾਰ, ਉਹ ਇੱਧਰ
थोड़ी पाई बिरे पा यार लै वीर आ तेरे लिए नहीं यार आ की करी जाना ओ यारा पीला है ए कोई नशा थोड़ा है पीला पीला यार ये तो सोशल ड्रिंक है ओ पीला पीला ये शराब नहीं सोमरस है वो आजकल दे जमाने च रह के केड़े वहम करी जाना ओ दुनिया तो चंद्रमा ते पहुंच गई है तू एवे वहमा पर मच फसे है ओ पीला पीला यार ओ पीला है ओ छड यार ओ एक बार दो कुट भर के ता देख स्वर्गा च घूमेगा स्वर्गा च ओ पीला यार नहीं नहीं पापा मेरे नशे के खिलाफ प्रचार कर दे आ ते मैं इस थां ते नहीं नहीं बिल्कुल नहीं मैं चलदा यार ओ चल बैठ तो सही बैठ सही यार गल तो सुन दसो बैठ यार बैठ बैठ जा ओ यारा ए असी सब कुछ नशा खत्म करने लई कर रहे हां नहीं ते सानू की लोड़ है पैसे खर्च करके अपनी सेहत नु भी खराब करिए ए कोई तरीका नशा खत्म करन दा ओ वीरे जे असी शराब पी पी के मुकावांगे नहीं ते पंजाब च शराब कित्थों घटेगी नहीं तां पंजाब च शराब दियां नदियां वह जाणगियां चल तू ए दस अंगूर खाण दा कोई नुकसान है नहीं अंगूर खाण दा कोई नुकसान नहीं तुसी ओ मंगवा दो मैं खा लेना पानी दा कोई नुकसान है नहीं पानी विच तां जीवन वसदा मंगाओ पानी मैं पीना अग विच पकाण दा कोई नुकसान है ते फिर शराब ता तिन्ना दे मिश्रण तो बनदी है चंगा ए दस जे तेरे सिर ते मिट्टी पवे तेरा कोई सिर पाड़ सकदा मिट्टी नाल ता सिर गंदा हो सकदा फट किवें सकदा फिर ओही भोली गल एहो मिट्टी पानी नाल गुन के गमले दे रूप च तुहाडे सिर ते मारा तुहाडा सिर पाटूगा कि नहीं एवें पुठियां सिद्धियां एग्जाम्पलां ना दो असी तेनू कोई जहर थोड़ा देर लगे तू ता साडा दोस्त है दोस्त साडा दुश्मन नहीं दो कुट ला के ता देख पी पी आ पी 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 अला फड़ भाई थोड़ा ओ नहीं वीर लैला यार खिच मनुआ तुहाडी गल मंजूर नहीं तुसी एंजॉय करना करो ए सब चीजां मैनू सिक्खी तो बेमुख करदियां ओ यारा असी भी तो सिखा पर कदी कदी पीना सिखी कि दौड़ी थोड़ी चली है पीना तो दूर की गल है मैं तेनू हाथ भी नहीं लाता वो तेनू हाथ लाने लई कौन कहता कमलिया वो असी अपने हाथ ना तेनू पिया दें पीला यार तो यार फिर उही गल नहीं है मेरे लिए जहर है मैं नहीं पीनी तुसी अपना इंजॉय करो मैं चलदा वो चल बैठा सही चल वीर जे तू हुण जाण दी ठानी है ते तू जा असी तेरे नाल जबरदस्ती नहीं करांगे पर यार दा बर्थडे है एक अद्धा कोल्ड ड्रिंक दा ग्लास तां साडे नाल पी सकदा कि नहीं ओ जन्मदिन वाले दिन घटो घट सुचे मूंह नहीं जाईदा चलो कोल्ड ड्रिंक मंगा लो मैं कोल्ड ड्रिंक पी लेना पर उस तो बाद मैं इत्थे एक मिनट भी नहीं रुकना बिले भरा ली कोल्ड ड्रिंक लैके आ जरा वधिया जी जा ठंडी ज्यादा लैके आई जा 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 जल्दी कर दो मिनट च लैके आ ए नहीं मानदा यार बहुत टीट है यार पता नहीं किहड़ा जब ला वीरे तेरे लिए कोल्ड ड्रिंक करो भी चीयर्स 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 यार एक कोल्ड ड्रिंक ही आ ओ पीला ऐसे तुसी कुछ मलाया था नहीं पीला यार विश्वास ही नहीं करदा इहदा टेस्ट कुछ होर ही लग रहा है यार कुछ नहीं है यार इहदे विच पी पी हां पी 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 पीला होगी ना हुण तेरी ख्वाहिश पूरी हुण ता नहीं कोई गुस्सा गिला ओ यार ए ता पूरी तरह टल्ली हो गया शाम तक होश च भी नहीं आण वाला ओए यारो हुण होई मेरी दुश्मनी पूरी मैं भी देखांगा कि मेरे डैड मेनू किदिया एग्जाम्पला देंगे जदों वेखो गुरी मेरे ता यारो कान ही पग गए सी इहदा नां सुन सुन के इहनू होश विच तां आण दिओ देखो इहनू करदे आ जलील फिर आया वड़ा नाडू खान बनिया फिरदा सी एग्जाम्पल चलो मित्रों हो गया अपना कम निकलो ठंडे ठंडे चलो भाई हुण की करना है ये तो बेहोश हो गया यार
एदी टेंशन कदों लै रहे हो? जो होश विच आएगा आपे घर तुर जूगा। असी इनू हुण बैंड बाजे नाल थोड़ी घर नू छड़ के आना है। अज ही यारो तुहाडे वीर वल्लो ग्रैंड पार्टी। अज मैं तेनू चार साहबजादियां दे नाम याद करावां। बाबा अजीत सिंह जी, बाबा अजीत सिंह जी, बाबा जुझार सिंह जी, बाबा जुझार सिंह जी, बाबा जोरावर सिंह जी, बाबा जोरावर सिंह जी, बाबा फतेह सिंह जी, बाबा फतेह सिंह जी। तेनू पता कि सिख धर्म विच नशियां दी कोई जगह नहीं है। एक वारी गुरु गोबिंद सिंह जी एक खेत विचों अपने घोड़े नाल लंघ रहे से ता उन्हां दा घोड़ा भी ना उत्थे रुक गया। क्यों मम्मा? क्योंकि ना वो खेत तमाकू देसी, मतलब है कि तू भुल के भी नशियां दे नेड़े नहीं जाना। ये गल तू अपनी जिंदगी विच सदा याद रखनी है कि किसे भी नशे दे नेड़े नहीं जाना। परमात्मा मेरे तो बड़ी वड्डी भुल हो गई है। बीबी हां बीबी बी हे परमात्मा मेनू माफ कर दे, मेरे कोलो बड़ी वड्डी भुल हो गई। मैं एहो जेही संगत विच गया ही क्यों? मैं शराब जेही भैड़ी चीज में अपने मुंह नाल लगन ही क्यों दिता? मेनू माफ कर दे सच्चे पातशाह, मेनू माफ कर दे। मैं अपने मां प्यो दी सिक्ख्या नूं वी भुला। तू चोरी कर रहा है? नहीं नहीं मैं चोरी नहीं कर रहा। ऐता कुछ रुपए ने जो मैं अपने जरूरत लिए अपने डैड दी जेब चो कड़े ने। जरूरत? केड़ी जरूरत? अच्छा अपने दोस्तां नू पार्टी ते शराब पियाण लई नोटां दी जरूरत है। फिर ता चोरी करन विच कोई हर्ज नहीं। ओ तू बार बार मैनू चोर क्यों कह रहा है? अपने डैड दे पर्स चो पैसे कढ़ना कोई चोरी नहीं हुंदी ते ना ही मैं कोई पाप कीता है। अगर तू यह चोरी नहीं की थी, फिर तू यह पैसे लुका के क्यों कढ़ रहे हैं राजदीप? तू मैनू इन्ने सवाल पूछने वाला हुंदा कौन है? मैं तेरी अंतरात्मा हाँ, तेरे हर फैसले विच तैनू दिशा दिखाना ही मेरा कर्तव्य है। ओ मेरे नाल ज्यादा बैंसन की कोशिश ना कर। मैं कदी अपने प्यो दी नहीं सुनी ते तेरी कित्थों सुनूंगा? ओ गुरवीर बड़ा चंगा बनिया फिरदा सी, ओनू मिट्टी विच रोल के रखता।
तेनू पता नहीं मैं बड़ी कुत्ती चीज हाँ, बड़ी कुत्ती। तेनू मेरे दिमाग ते मेरी ताकत का अंदाजा नहीं। गुरवीर नु धोखे ना नशे पिया के तू अपने आप नु बहादुर समझ रहे। एक गल तां तू भी जानदा राजदीप कि कौन सही है ते कौन गलत। असल विच तू अपनी कमजोरी नु छुपाउन लई दूजियां नु नशिया दे दलदल विच धकेल रहा। तेनू तेरे इन्ना कर्मा दी सजा अगले जन्म नहीं सगो इसी जन्म विच भुगतनी पड़ेगी। मेरी ये गल याद रखी। मेरा काम सी तेनू सुचेत करना। हुण तेरे उत्ते है तू किस रस्ते नू चुनना चाहना है। धर्म दे रस्ते नू या नशिया दे दलदल नू। ओ जा जा तू अपना काम कर। मेरे रस्ते विच आण दी कोशिश ना कर। मेरे रस्ते विच जो कोई भी आया उनू मैं रोल के रखता है। चल जा इथो। हेलो पुलिस स्टेशन। ओ यार राजदीप तेरे पीछे लग के तां असीं एवें सारे सरकारी खजाने च पहुंच गए। भाई मेरे घरों तां अज तक कोई बैंक दे लॉकर नहीं गया होना। जेल दे लॉकर तां बड़ी दूर दी गल है। मैं केड़ा खानदानी मुजरिम आ यार। मैं भी तुहाडे वांगू पहली वारी इधर आया। ओ तेरा प्यो तां फौजी आ। अपनी फौज दा रोह पा के कोई ना कोई जुगाड़ कर लू। साडे प्यो ने तां साडी जमानत वी नहीं करानी ते छेत्तर पैणगे ओ वखरे। ओ यार असी तां एवीं गुरबीर नूं पुठे चक्करां च पाउण दे विच आप ही पुठे मूंह डिग पे। मैं तां एवीं थोड़े टुच्चे जे प्लान च फस गया। ओ मैं ते कहना हजे भी माफी मांग लो। नहीं तां इहो जिहे थावां ते नील पाउंदे ने बंदा किसे नूं दसण जोगा नहीं रहिंदा। ओ यार मैं तां इत्थों तक सुणिया कि अज कल पटे ते भी मोटर लग गई आ ते रुकदे रुकदे भी सोजा पै जांदियां सोजा। ओ मेरा प्लान यार ओ तां तुसीं सारे आइडिया चुक चुक के स्कीमां कढ़दे पे सी। हुण फड़े गए ते मेरा प्लान यार। सानूं इत्थे लियाण वाला तूं ही है। सानू की लोड़ जो गुरबीर ना दुश्मनी मोल लेंदे। नाले गुरबीर विचारे दा कसूर भी की सी। वो ता असी उनु तक्के नाल कोल्ड ड्रिंक पिलाती ते असी उस दी कोल्ड ड्रिंक नशा मिला के उस नाल धोखा कीता। तुसी सारे इनडायरेक्ट वे नाल ही कहना चाहंदे हो ना कि सारा कसूर ही मेरा है। भाई इनडायरेक्ट वे नाल डायरेक्टली कहने आ सारा तेरे कसूर है। तेरे कसूर है। तेरा सारा तेरे ही है। देख ली तुहाडी यारी। तुसी सारे खान पीन दे यार हो। मुसीबत वेले तुहाडे खड़न वाला एक भी नहीं हैगा। खान पीन दे ओए असी तां सिर्फ तेरे पीन पीन दे यार हां। छड्डो यार। यार मैं तां यही कहना आपां अज तों बाद नशे छड्ड देने यार। छड्ड देने यार। ओ मेरी तौबा मेरे प्यो दी तौबा। मेरे लिए अज तों बाद नशा करना तां दूर दी गल। हाथ लाउणा भी पाप है।
ਪੋਚੀ ਸਾਹਿਬ ਤੁਹਾਡੀ ਇਹ ਨਾ ਆਦਤਾਂ ਕਰਕੇ ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਕਿਤੇ ਰਾਜਦੀਪ ਤੁਹਾਡੇ ਵਰਗਾ ਹੀ ਨਾ ਬਣ ਜਾਵੇ। ਹਰ ਟਾਈਮ ਸੜੀ ਰਹਿਣੀ ਹੈ, ਕਦੇ ਤਾਂ ਹੱਸ ਲਿਆ ਕਰ, ਹਰ ਟਾਈਮ ਮੱਥੇ ਤੇ ਤਿਉੜੀਆਂ ਪਾਈ ਰੱਖਦੀਆਂ। ਤੂੰ ਇੰਨਾ ਖਾਣੀ ਹੈ, ਮੈਂ ਤੈਨੂੰ ਕਦੇ ਰੋਕਿਆ? ਜਾ ਕੋਈ ਖੀਰਾ ਸਲਾਦ ਕੱਟ ਕੇ ਲਿਆ। ਮੇਰੇ ਕੋਲ ਨਹੀਂ ਹੁੰਦੇ ਇਹ ਕੰਮ, ਮੈਨੂੰ ਇਹਨਾਂ ਕੰਮਾਂ ਵਿੱਚ ਨਾ ਸ਼ਾਮਲ ਕਰੋ। ਹੂੰ ਉਹ ਕਦੇ ਤਾਂ ਚੱਜ ਦੀ ਗੱਲ ਕਰ ਲਿਆ ਕਰ, ਕਦੇ ਤਾਂ ਚੱਜ ਦੀ ਗੱਲ ਕਰ ਲਿਆ ਕਰ। ਹੈਂ ਰਾਜਦੀਪ ਪੈ ਗਿਆ ਸਿਆਪਾ, ਮੈਨੂੰ ਪਤਾ ਸੀ ਇਹ ਚੰਨ ਚਾੜੂ ਕੋਈ ਨਾ ਕੋਈ। ਆ ਚਾੜਤਾ ਤੇਰੇ ਭਰਾ ਨੇ ਚੰਦ। ਓ ਇਕਬਾਲ ਸਿੰਘ ਕੀ ਹੋਇਆ ਪਾਪਾ? ਮੰਮਾ ਓ ਯਾਰ ਜਲਦੀ ਆ। ਹੈ ਰਾਜਦੀਪ ਤੂੰ ਰੋ ਰਿਹਾ ਹੈ? ਕਮਾਲ ਹੈ, ਤੂੰ ਤੇ ਆਪਣੇ ਆਪ ਨੂੰ ਬੜਾ ਚਤੁਰ ਤੇ ਚਲਾਕ ਕਹਿੰਦਾ ਸੀ, ਹੁਣ ਕਿਉਂ ਰੋ ਰਿਹਾ ਹੈ? ਤੂੰ ਤੇ ਗੁਰਵੀਰ ਦੀ ਬਰਬਾਦੀ ਲਈ ਖੂਹ ਪੱਟਣ ਚੱਲਿਆ ਸੀ, ਹੁਣ ਆਪ ਹੀ ਮੁੱਦਾ ਮੁੱਦ ਡਿੱਗ ਪਿਆ। ਸੇਵਾ ਆਪਾਂ ਗੁਰੂ ਉੱਤੋਂ ਵਾਰ ਲੈ, ਪੈਰ ਵਿੜੋ
ਥਾਣੇਦਾਰ ਸਾਹਿਬ, ਸੂਬੇਦਾਰ ਮੇਜਰ ਕੁਲਵੰਤ ਸਿੰਘ। ਜਨਾਬ, ਸਾਡੇ ਲਾਇਕ ਸੇਵਾ ਕੋਈ? ਇਹਨਾਂ ਬੱਚਿਆਂ ਨੂੰ ਲੋਕਰ 'ਚ ਕਿਉਂ ਡੱਕਿਆ? ਤੁਹਾਨੂੰ ਪਤਾ ਹੈ, ਇਹ ਸ਼ਰੀਫ ਘਰਾਂ ਦੇ ਕਾਕੇ ਨੇ। ਇਹ ਕੋਈ ਐਸੇ ਵੈਸੇ ਘਰਾਂ ਦੇ ਕਾਕੇ ਨਹੀਂ ਹਨ। ਇਹਨਾਂ 'ਚ ਇੱਕ ਮੇਰਾ ਪੁੱਤਰ ਵੀ ਹੈ, ਸੂਬੇਦਾਰ ਮੇਜਰ ਕੁਲਵੰਤ ਸਿੰਘ ਦਾ ਪੁੱਤਰ, ਜਿਹਨੇ ਤਿੰਨ ਜੰਗਾਂ ਲੜੀਆਂ ਨੇ ਫੌਜ ਦੇ ਵਿੱਚ। ਉਹ ਕਮਿਕਰ ਸਿੰਘ ਜੀ, ਜਨਾਬ, ਬਾਹਰੋਂ ਲਿਆਓ ਜਰਾ ਇਹਨਾਂ ਸ਼ਹਿਜ਼ਾਦਿਆਂ ਨੂੰ, ਜਰਾ ਦਿਖਾਈਏ ਇਹਨੂੰ ਜਰਾ ਇਹਨਾਂ ਦੀ ਸ਼ਰੀਫੀ ਦੀ ਝਲਕ। ਥਾਣੇਦਾਰ ਸਾਹਿਬ, ਤੁਹਾਨੂੰ ਜ਼ਰੂਰ ਕੋਈ ਗਲਤ ਫਹਿਮੀ ਹੋਈ ਹੈ। ਸਰਦਾਰ ਜੀ, ਸਾਨੂੰ ਕੋਈ ਗਲਤ ਫਹਿਮੀ ਨਹੀਂ ਹੋਈ। ਸਾਡੇ ਸਿਪਾਹੀ ਇਹਨਾਂ ਨੂੰ ਰੰਗੇ ਹੱਥੀ ਫੜ ਕੇ ਲਿਆਏ ਨੇ। ਦਰਅਸਲ ਇਹ ਸ਼ਰੀਫ ਨਹੀਂ, ਇਹ ਨਸ਼ਈ ਤੇ ਜਵਾਰੀਏ ਨੇ। ਹੈਂ, ਨਸ਼ਈ ਤੇ ਜਵਾਰੀਏ? ਹਾਂਜੀ। ਨਹੀਂ ਨਹੀਂ ਜਨਾਬ, ਇਹ ਨਹੀਂ ਹੋ ਸਕਦਾ। ਇਹਨਾਂ ਨੂੰ ਨਸ਼ੇ ਦੇ ਕੈਪਸੂਲ ਤੇ ਬੋਤਲਾਂ ਸਣੇ ਫੜਿਆ। ਸਰਦਾਰ ਸਾਹਿਬ, ਤੁਸੀਂ ਜ਼ਰੂਰ ਇਸ ਦੇਸ਼ ਦੀ ਸੇਵਾ ਕਰ ਰਹੇ ਹੋ, ਪਰ ਇਹ ਬੜੇ ਗੈਰ ਕਾਨੂੰਨੀ ਅਨਸਰ ਨੇ। ਸਮਾਜ ਤੇ ਕਲੰਕ ਨੇ ਕਲੰਕ। ਉਹ ਥਾਣੇਦਾਰ ਸਾਹਿਬ, ਜੇ ਇਹ ਕਾਕੇ ਨਹੀਂ ਐਸ਼ ਕਰਨਗੇ, ਹੋਰ ਕਿਤੇ ਤੁਸੀਂ ਅਸੀਂ ਐਸ਼ ਕਰਾਂਗੇ? ਨਹੀਂ, ਇਹਨਾਂ ਨੂੰ ਨੋਖੀ ਜਵਾਨੀ ਚੜੀ ਹੈ, ਜਿਹੜਾ ਸਮਾਜ ਵਿੱਚ ਗੰਦ ਪਾਈ ਫਿਰਨ। ਚਲੋ ਓਏ। ਰਾਜਦੀਪ, ਥਾਣੇਦਾਰ ਸਾਹਿਬ ਠੀਕ ਕਹਿ ਰਹੇ ਨੇ ਕਿ ਤੂੰ ਪਾਰਟੀ 'ਚ ਨਸ਼ੇ ਕੀਤੇ ਨੇ? ਪਰੇ ਮਰ, ਉਹ ਇਹਨੇ ਕੀ ਬੋਲਣਾ, ਇਹਦੀ ਤਾਂ ਹਾਲਤ ਹੀ ਦੱਸਦੀ ਪਈ ਹੈ ਕਿੰਨਾ ਕੁ ਸ਼ਰੀਫ ਹੈ। ਚੋਰ ਨੇ ਵੀ ਕਦੀ ਕਿਹਾ ਮੈਂ ਚੋਰ ਹਾਂ? ਇਹ ਤਾਂ ਮੈਨੂੰ ਹੰਡੇ ਬਦਮਾਸ਼ ਲੱਗਦੇ ਨੇ। ਦੱਸ ਕਾਕਾ, ਆਪਣੇ ਪਿਓ ਨੂੰ ਆਪਣੀ ਕਰਤੂਤ, ਸਾਡੇ ਸਪਾਹੀ ਨੇ ਕਿਵੇਂ ਤੈਨੂੰ ਫੜ ਕੇ ਲਿਆਂਦਾ? ਹੁਣ ਤੇਰੀ ਜ਼ੁਬਾਨ ਨੂੰ ਤਾਲਾ ਲੱਗ ਗਿਆ। ਡੈਡੀ, ਮੈਂ ਬਸ ਡੈਡੀ। ਉਹ ਕੀ ਬੱਕਰੀ ਵਾਂਗੂ ਮੈਂ ਲਾਈ ਹੈ? ਉਹ ਤੂੰ ਤਾਂ ਯਾਰ ਸਾਰੀਆਂ ਹੱਦਾਂ ਸਾਹਿਬ, ਇੱਥੇ ਬਹਿ, ਥਾਣਾ ਤੁਹਾਡੇ ਸਹੁਰਿਆਂ ਦਾ ਘਰ ਨਹੀਂ, ਆਰਾਮ ਨਾਲ ਗੱਲ ਕਰੋ ਇੱਥੇ। ਡੈਡੀ ਜੀ, ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ। ਮੈਂ ਆਪਣੇ ਦੋਸਤਾਂ ਨੂੰ ਨਸ਼ਾ ਕਰਦਾ ਵੇਖ ਇਹਨਾਂ ਨਾਲ ਨਸ਼ਾ ਕਰਨ ਲੱਗ ਪਿਆ। ਅਸੀਂ ਸਾਰੇ ਆਪਣੀ ਗਲਤੀ ਤੇ ਬਹੁਤ ਸ਼ਰਮਿੰਦਾ ਹਾਂ ਡੈਡੀ, ਪਲੀਜ਼ ਸਾਨੂੰ ਇੱਥੋਂ ਛੁਡਾ ਲਓ, ਸਾਨੂੰ ਮਾਫ਼ ਕਰ ਦਿਓ, ਮਾਫ਼ ਕਰ ਦਿਓ, ਮਾਫ਼ ਕਰ ਦਿਓ, ਮਾਫ਼ ਕਰ ਦਿਓ, ਸਾਨੂੰ ਮਾਫ਼ ਕਰ ਦਿਓ, ਪਲੀਜ਼ ਅੰਕਲ, ਸਾਨੂੰ ਛੁਡਾ ਲਓ, ਪਲੀਜ਼ ਅੰਕਲ। ਥਾਣੇਦਾਰ ਸਾਹਿਬ, ਇਹਨਾਂ ਬੱਚਿਆਂ ਦੀ ਮੈਂ ਗਾਰੰਟੀ ਲੈਣਾ, ਇਹਨਾਂ ਨੂੰ ਛੱਡ ਦਿਓ ਇੱਕ ਵਾਰ ਪਲੀਜ਼। ਸਰਦਾਰ ਜੀ, ਅਸੀਂ ਮਜਬੂਰ ਹਾਂ, ਹੁਣ ਤਾਂ ਇਹਨਾਂ ਦਾ ਫੈਸਲਾ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਹੋਏਗਾ, ਮੈਂ ਕੁਝ ਨਹੀਂ ਕਰ ਸਕਦਾ। ਉਹ ਨਾ ਯਾਰ, ਏਦਾਂ ਨਾ ਕਰੋ, ਇਹਨਾਂ ਨੂੰ ਛੱਡ ਦਿਓ, ਚੰਗੇ ਘਰਾਂ ਦੇ ਕਾਕੇ ਨੇ, ਅੱਗੇ ਤੋਂ ਇਹਨਾਂ ਨੂੰ ਛਿੱਤਰ ਪੈਣਗੇ ਨਾ, ਚੰਗਾ ਮਾੜਾ ਸਭ ਨਿਕਲ ਜਾਏਗਾ, ਇਹ ਵੀ ਕੀ ਯਾਦ ਰੱਖਣਗੇ। ਰੁਕੋ ਰੁਕੋ ਇੰਸਪੈਕਟਰ ਸਾਹਿਬ, ਪਹਿਲਾਂ ਵਕੀਲ ਸਾਹਿਬ ਨਾਲ ਗੱਲ ਕਰੋ। ਇੰਸਪੈਕਟਰ ਸਾਹਿਬ, ਇਹ ਲਓ ਬੱਚਿਆਂ ਦੀ ਜ਼ਮਾਨਤ ਦੇ ਕਾਗਜ਼, ਪਲੀਜ਼ ਇਹਨਾਂ ਨੂੰ ਲੋਕਅਪ ਚੋਂ ਬਾਹਰ ਕੱਢ ਦਿਓ। ਕਾਕੇ, ਇਸ ਵਾਰ ਤੁਸੀਂ ਬਚ ਗਏ ਹੋ, ਜੇ ਫਿਰ ਕਿਤੇ ਮੇਰੇ ਅੜਿੱਕੇ ਆ ਗਏ ਨਾ, ਕੁੱਟਾਂਗਾ ਘੱਟ ਤੇ ਘਸੀਟਾਂਗਾ ਜ਼ਿਆਦਾ। ਮੇਰਾ ਨਾਂ ਬਲਵੰਤ ਸਿੰਘ ਹੈ, ਬਲਵੰਤ ਸਿੰਘ। ਚਲੋ ਚਲੋ ਇਹ ਮੁੰਡਿਓ, ਤੁਰੋ। ਕੀ ਬਣੇਗਾ ਸਾਡੇ ਰਾਜਦੀਪ ਦਾ? ਅਸਾਂ ਬਾਪ ਦੇ ਪੁੱਤ ਨੂੰ ਦੇਖ ਕੀ ਕਰਤੂਤ ਕਰਕੇ ਆਇਆ। ਤੈਨੂੰ ਕਿੰਨਾ ਸਮਝਾਇਆ ਸੀ ਛੱਡਦੇ ਪੈਣੀਆਂ ਹੱਥਾਂ ਨੂੰ, ਤੂੰ ਮੇਰੇ ਮੱਥੇ ਤੇ ਹੀ ਕਲੰਕ ਲਾਣਾ ਸੀ। ਤੈਨੂੰ ਕਿੰਨਾ ਸਮਝਾਇਆ ਸੀ, ਤੂੰ ਇੱਕ ਨਾ ਸੁਣੀ। ਦੇਖ ਲੈ ਹੁਣ ਨਤੀਜਾ। ਮੈਨੂੰ ਇਹਨੇ ਸਮਾਜ 'ਚ ਸਿਰ ਚੱਕਣ ਜੋਗਾ ਨਹੀਂ ਛੱਡਿਆ, ਮੇਰੀ ਪੱਗ ਉਛਾਲ ਕੇ ਰੱਖਤੀ ਭਰੀ ਬਰਾਦਰੀ ਦੇ ਵਿੱਚ। ਇਹ ਸਾਰਾ ਇਸ ਭੈੜੀ ਚੰਦ ਦੀ ਸ਼ਰਾਬ ਦਾ ਹੀ ਨਤੀਜਾ ਹੈ, ਨਾ ਤੁਸੀਂ ਪੀਂਦੇ ਤੇ ਨਾ ਸਾਨੂੰ ਇਹ ਦਿਨ ਦੇਖਣਾ ਪੈਂਦਾ। ਮੈਂ ਹੀ ਪੀਣਾ, ਮੇਰੇ ਕਰਕੇ ਹੀ ਸਾਰਾ ਕੁਝ ਹੋਇਆ, ਸਾਰਾ ਦੋਸ਼ ਮੇਰੇ ਸਿਰ ਹੀ ਮੜ ਦਿਆ ਕਰ। ਤੂੰ ਛੱਡ ਹੁਣ, ਮੈਂ ਤਾਂ ਇਹਨੂੰ ਕਹਿੰਦਾ ਸੀ ਅੰਦਰ ਬਹਿ ਕੇ ਪੀ ਲਿਆ ਕਰ, ਨਾ ਇਹ ਬਾਹਰ ਪੀਂਦਾ ਨਾ ਜਲੂਸ ਨਿਕਲਦਾ।
ਉਹ ਸਾਰੇ ਪਿੰਡ ਨੂੰ ਪਤਾ ਹੀ ਹੈ ਕਿ ਤੂੰ ਕਿੰਨੇ ਪਾਣੀ ਵਿੱਚ ਹੈਗਾ। ਨਾਲੇ ਕੁਲਵੰਤ ਸਿੰਘ ਤੂੰ ਕਿਹੜਾ ਵੱਡਾ ਸਾਧ ਹੈ, ਨਿੰਮ ਦੇ ਰੁੱਖ ਦੇ ਕਿਹੜਾ ਖਜੂਰਾਂ ਲੱਗਦੀਆਂ। ਕੁਲਵੰਤ ਸਿੰਘ ਮੈਂ ਤੈਨੂੰ ਬੜਾ ਸਮਝਾਇਆ ਸੀ, ਤੂੰ ਮੇਰੀ ਇੱਕ ਨਹੀਂ ਮੰਨੀ। ਕੁਛ ਨਹੀਂ ਪਿਆ ਇਸ ਸ਼ਰਾਬ 'ਚ, ਹੁਣ ਦੇਖ ਲਾ ਨਤੀਜਾ ਤੇਰੇ ਸਾਹਮਣੇ ਆ। ਉਹ ਸਾਰੇ ਮੇਰਾ ਹੀ ਕਸੂਰ ਕੱਢੀ ਜਾਂਦੇ ਆ। ਮੈਂ ਕਿਹੜਾ ਬਾਹਰ ਜਾ ਕੇ ਪੀਂਦਾ ਸੀ, ਨਾਲੇ ਮੈਂ ਕਿਹੜਾ ਇਹਨੂੰ ਸ਼ਰਾਬ ਦੀ ਕੁੜਤੀ ਦਵਾਈ ਆ, ਉਹ ਮੈਂ ਤਾਂ ਘਰੇ ਬੈਠ ਕੇ ਕਦੇ ਕਦਾਈ ਪੀ ਲੈਂਦਾ ਸੀ। ਇਸ ਚੰਦਰੀ ਸ਼ਰਾਬ ਨੇ ਤਾਂ ਕੋਈ ਵੀ ਘਰ ਸੁਖੀ ਨਹੀਂ ਰਹਿਣ ਦਿੱਤਾ। ਨਾਲੇ ਤੂੰ ਸਮਝਦਾ ਹੈ ਇਹ ਦਾਰੂ ਪੀਣ ਦੇ ਨਾਲ ਦੁੱਖ ਦੂਰ ਹੋ ਜਾਂਦੇ ਨੇ? ਜੇ ਇੱਦਾਂ ਹੁੰਦਾ ਹੁੰਦਾ ਤਾਂ ਡਾਕਟਰਾਂ ਨੇ ਇਲਾਜ ਹਸਪਤਾਲਾਂ 'ਚ ਨਹੀਂ ਠੇਕਿਆਂ 'ਚ ਕਰਨੇ ਸੀ। ਨਾਲੇ ਨਿੰਮ ਦੇ ਦਰਖਤਾਂ 'ਤੇ ਖਜੂਰਾਂ ਥੋੜ੍ਹਾ ਉਗਣੀਆਂ। ਜੇ ਹੀ ਕੋਕੋ ਅਤੇ ਇਹ ਬੱਚੇ ਜੇ ਘਰ ਵਿੱਚ ਪਿਓ ਦਾਰੂ ਪੀਏਗਾ ਤਾਂ ਪੁੱਤ ਦਾ ਪੀਣਾ ਤਾਂ ਸੁਭਾਵਿਕ ਹੀ ਹੈ ਨਾ। ਬੱਚਿਆਂ 'ਤੇ ਪਹਿਲਾ ਪ੍ਰਭਾਵ ਮਾਂ ਪਿਓ ਦਾ ਪੈਂਦਾ, ਫਿਰ ਯਾਰਾਂ ਦੋਸਤਾਂ ਦਾ। ਮੈਂ ਤਾਂ ਕਹਿੰਦਾ ਬੱਚਿਆਂ ਨੂੰ ਘਰੋਂ ਹੀ ਸਾਫ਼ ਸੁਥਰਾ ਮਾਹੌਲ ਮਿਲਣਾ ਅਤਿ ਜ਼ਰੂਰੀ ਆ। ਨਸ਼ਾ ਤਾਂ ਸਰੀਰ ਨੂੰ ਗਾਲ ਦਿੰਦਾ, ਨਾਲੇ ਘਰ ਦਾ ਮਾਹੌਲ ਵੀ ਖਰਾਬ ਕਰ ਦਿੰਦਾ। ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਦੇਖੋ, ਕੋਈ ਵੀ ਘਰ ਅਜਿਹਾ ਹੈ ਜਿਹੜਾ ਨਸ਼ਿਆਂ ਕਾਰਨ ਸੁਖੀ ਹੋਇਆ ਹੋਵੇ? ਹਸਪਤਾਲਾਂ ਵਿੱਚ ਜਾ ਕੇ ਅਨੇਕਾਂ ਨਸ਼ਈ ਨਸ਼ਿਆਂ ਕਾਰਨ ਰੋਗਾਂ ਨਾਲ ਜੂਝਦੇ ਦੇਖੇ ਜਾ ਸਕਦੇ ਨੇ। ਡੈਡੀ ਜੀ ਮੈਨੂੰ ਮਾਫ ਕਰ ਦੇ, ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਮੈਨੂੰ ਆਪਣੀ ਗਲਤੀ ਦਾ ਆਪਣੀ ਮੰਨੀ ਜਾਂਦਾ ਬਹਿ ਆਰਾਮ ਨਾਲ। ਮੁੜ ਕੇ ਕਦੀ ਸਾਹ ਨੂੰ ਹੱਥ ਨਹੀਂ ਲਾਵਾਂਗਾ। ਗੁਰਵੀਰ ਮੇਰੇ ਯਾਰ ਤੂੰ ਵੀ ਮੈਨੂੰ ਮਾਫ ਕਰ ਦੇ, ਮੈਂ ਤੇਰੇ ਨਾਲ ਬਹੁਤ ਬੁਰਾ ਕੀਤਾ। ਓ ਵੀਰੇ ਮਾੜੇ ਕਰਮਾਂ ਦਾ ਨਤੀਜਾ ਹਮੇਸ਼ਾ ਮਾੜਾ ਹੀ ਹੁੰਦਾ। ਤੈਨੂੰ ਕਿਹਾ ਸੀ ਨਾ ਮਾੜੇ ਕੰਮ ਨਾ ਕਰੀ, ਪਰ ਮੈਂ ਕੌਣ ਹੁੰਦਾ ਤੈਨੂੰ ਮਾਫ ਕਰਨ ਵਾਲਾ? ਤੂੰ ਬਸ ਇਸ ਭੈੜੇ ਕਰਮਾਂ ਦੀ ਲੱਤ ਛੱਡ ਦੇ ਵੀਰੇ। ਮੈਂ ਆਪ ਸੁਧਰਨ ਦੀ ਬਜਾਏ ਤੈਨੂੰ ਵੀ ਗਾੜੇ। ਮੈਂ ਹੁਣੇ ਹੀ ਆਇਆ। ਕਿੱਥੇ ਚੱਲਿਆ ਕੁਲਵੰਤ ਸਿੰਘ? ਇਹਨੂੰ ਪਤਾ ਨਹੀਂ ਹੁਣੇ ਕਿੱਥੇ ਚੱਲਿਆ। ਜਾਣ ਦੇ ਬਾਵਜੂਦ ਵੀ ਨਹੀਂ ਸਮਝਿਆ। ਕੇਵਲ ਰਾਜਦੀਪ ਹੀ ਨਹੀਂ, ਇਹਦੇ ਵਰਗੇ ਪਤਾ ਨਹੀਂ ਕਿੰਨੇ ਹੀ ਅਨੇਕਾਂ ਨੌਜਵਾਨ ਆਪਣੀਆਂ ਚਤੁਰਾਈਆਂ ਕਰਕੇ ਸਮਾਜ ਦੀਆਂ ਨਜ਼ਰਾਂ ਤੋਂ ਬਚੇ ਹੋਏ ਨੇ, ਤੇ ਇੱਕ ਦਿਨ ਉਹਨਾਂ ਦਾ ਹਾਲ ਵੀ ਇਸ ਰਾਜਦੀਪ ਤੋਂ ਵੀ ਵੱਧ ਮਾੜਾ ਹੋਏਗਾ। ਇਹੋ ਆ ਨਾ, ਇਹੋ ਆ ਨਾ ਚੰਦਰੀ ਸ਼ਰਾਬ ਜਿਹਨੇ ਮੇਰਾ ਘਰ ਤਬਾਹ ਕੀਤਾ। ਸਭ
ਕਿਉਂਦਾ ਦਰ ਹੈ ਐਸਾ ਜਿੱਥੇ ਨਾ ਕੋਈ ਹੇਰ ਫੇਰ ਬੰਦ ਰਸਤੇ ਵੀ ਖੁੱਲ ਜਾਂਦੇ ਮਿੱਟ ਜਾਂਦੇ ਸਾਰੇ ਹਨੇਰੇ ਇੱਕ ਉਹਦਾ ਦਰ ਹੈ।